ومن سيئات أعمالنا من يهده الله فلا مضل له ومن يضلله فلا هادي له وأشهد أن لا إله إلا الله وحده لا شريك له وأشهد أن محمدا عبده ورسوله أما بعد فإن خير الحديث كتاب الله وخير الهدي هدي محمد صلى الله عليه وسلم وشر الأمور محدثاتها وكل محدثة بدعة وكل بدعة ضلالة وكل ضلالة في النار أعوذ بالله من الشيطان الرجيم بسم الله الرحمن الرحيم ربنا لا تزغ قلوبنا بعد إذ هديتنا وهب لنا لدنك رحمة إنك أنت الوهاب آمنت بالله صدق الله العظيم وصدق رسوله النبي الأمين الكريم ونحن على ذلك لمن الشاهدين والشاكرين والحمد لله رب العالمين إن الله وملائكته يصلون على النبي يا أيها الذين آمنوا صلوا عليه وسلموا تسليما اللهم صل على محمد وعلى محمد
ਕਮਾ ਸੱਲੈਤਾ ਅਲਾ ਇਬਰਾਹੀਮ ਵਾਲਾ ਆਲ ਇਬਰਾਹੀਮ ਇਨਕਾ ਹਮੀਦੁਮ ਮਜੀਦ ਅੱਲਾ ਅਲਾ ਮੁਹੰਮਦਿਉ ਵਾਲਾ ਆਲਿ ਮੁਹੰਮਦਿਨ ਕਮਾ ਬਾਰਕ ਤਾਲਾ ਇਬਰਾਹੀਮ ਵਾਲਾ ਆਲਿ ਇਬਰਾਹੀਮ ਇਨਕਾ ਹਮੀਦ ਮਜੀਦ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਤੇ ਪੜ ਲੋ ਐ ਤਾਂ ਕੁਰਾਨ ਦੀਆਂ ਦੁਆ ਕਰੋ ਕਿ ਅੱਲਾ ਰੱਬੁਲ ਆਲਮੀਨ ਜੁਮੇ ਦਾ ਦਿਨ ਹੈ ਤੇ ਕਦਰ ਦੀਆਂ ਘੜੀਆਂ ਨੇ ਮੇਰਾ ਰੱਬੇ ਜ਼ੁਲ ਜਲਾਲ ਰਹਿਮੋ ਕਰਮ ਵਾਲਾ ਮੇਰਾ ਅੱਲਾ ਸਾਨੂੰ ਕੁਰਾਨ ਦੀਆਂ ਤਿਲਾਵਤਾਂ ਕਰਨ ਦੀ ਤੌਫੀਕ ਅਤਾ ਫਰਮਾਏ ਅੱਲਾ ਰੱਬੁਲ ਆਲਮੀਨ ਤੁਹਾਨੂੰ ਤੇ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਔਰ ਖਸੂਸ ਬਿਲ ਖਸੂਸ ਸਾਡੀ ਜਿਹੜੀ ਨੌਜਵਾਨ ਨਸਲ ਹੈ ਅੱਲਾ ਤਾਲਾ ਉਹਨਾਂ ਨੂੰ ਕੁਰਾਨ ਦੇ ਨਾਲ ਸੱਚੀ ਤੇ ਸੁੱਚੀ ਮੁਹੱਬਤ ਨਸੀਬ ਫਰਮਾਏ ਕਿਉਂਕਿ ਕੁਰਾਨ ਇੱਕ ਐਸੀ ਕਿਤਾਬ ਹੈ ਕਿ ਜਿਹੜਾ ਬੰਦਾ ਕੁਰਾਨ ਨੂੰ ਪੜ੍ਹਨ ਵਾਲਾ ਕੁਰਾਨ ਤੇ ਅਮਲ ਕਰਨ ਵਾਲਾ ਯਕੀਨਨ ਹੋਈ ਕਾਮਯਾਬੋ ਕਾਮਰਾ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਤੇ ਪੜ ਲੋ ਐ ਤਾਂ ਕੁਰਾਨ ਦੀਆਂ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਤੇ ਪੜ ਲੋ ਐ ਤਾਂ ਕੁਰਾਨ ਦੀਆਂ ਕੁਰਾਨ ਦਿਲਾਂ ਦੇ ਜੰਗ ਉਤਾਰੇ ਕੁਰਾਨ ਦਿਲਾਂ ਦੇ ਜੰਗ ਉਤਾਰੇ ਡੁੱਬਦੇ ਬੇੜੇ ਉਹ ਜਿਸਨੇ ਤਾਰੇ ਕੁਰਾਨ ਦਿਲਾਂ ਦੇ ਜੰਗ ਉਤਾਰੇ ਡੁੱਬਦੇ ਬੇੜੇ ਜਿਸਨੇ ਤਾਰੇ ਨਾਲ ਤੈਨੂੰ ਆਵਾਜ਼ਾਂ ਮਾਰੇ ਨਾਲ ਮੈਨੂੰ ਆਵਾਜ਼ਾਂ ਮਾਰੇ ਨਾਲ ਸਾਨੂੰ ਆਵਾਜ਼ਾਂ ਮਾਰੇ ਨਹੀਂ ਲੋੜਾ ਕਿਧਰ ਵੀ ਜਾਣ ਦੀਆਂ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਤੇ ਪੜ ਲੋ ਐ ਤਾਂ ਕੁਰਾਨ ਦੀਆਂ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਤੇ ਪੜ ਲੋ ਐ ਤਾਂ ਕੁਰਾਨ ਦੀਆਂ ਹਸ਼ਰ ਦਿਹਾੜੇ ਹਾਫਿਜ਼ਾਨੋ ਹਸ਼ਰ ਦਿਹਾੜੇ ਹਾਫਿਜ਼ਾਨੋ ਰੱਬ ਨੇ ਵੱਖਰਾ ਸ਼ਾਨ ਦੇਣਾ ਏ ਹਸ਼ਰ ਦਿਹਾੜੇ ਹਾਫਿਜ਼ਾਨੋ
ਰੱਬ ਨੇ ਵੱਖਰਾ ਸ਼ਾਨ ਦੇਣਾ ਏ। ਪੜ੍ਹਦੇ ਜਾਓ ਪੜ੍ਹਦੇ ਜਾਓ ਚੜ੍ਹਦੇ ਜਾਓ ਪੜ੍ਹਦੇ ਜਾਓ ਚੜ੍ਹਦੇ ਜਾਓ ਰਹਿਮਤਾਂ ਰੱਬ ਰਹਿਮਾਨ ਦੀਆਂ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਪੜ੍ਹ ਲਓ ਐ ਤਾਂ ਕੁਰਾਨ ਦੀਆਂ ਗੱਲਾਂ ਜੇ ਰੱਬ ਨਾਲ ਕਰਨੀਆਂ ਨੇ ਤੇ ਪੜ੍ਹ ਲਓ ਐ ਤਾਂ ਕੁਰਾਨ ਦੀਆਂ ਹਮਦੋ ਸਨਾ ਬੜਾਈ ਕਿਬਰੀਆਈ ਯਕਤਾਈ ਉਸ ਅੱਲਾ ਵਹਦਾਹੂ ਲਾ ਸ਼ਰੀਕ ਦੀ ਜ਼ਾਤ ਆਲਾ ਉਬਾਲਾ ਵਾਸਤੇ ਜੋ ਸਾਰੀ ਕਾਇਨਾਤ ਦਾ ਖਾਲਿਕ ਓ ਮਾਲਿਕ ਹੈ ਮੁਸ਼ਕਲ ਕੁਸ਼ਾ ਹਾਜਤ ਰਵਾ ਵਿਗੜੀਆਂ ਬਣਾਉਣ ਵਾਲਾ ਗਰੀਬ ਨਵਾਜ਼ ਗੰਜ ਬਖਸ਼ ਹੈ। ਦਰੂਦੋ ਸਲਾਮ ਪੈਗੰਬਰ ਕਾਇਨਾਤ ਆਮਿਨਾ ਦੇ ਲਾਲ ਜਨਾਬ ਮੁਹੰਮਦੁਰ ਰਸੂਲੁਲਾਹ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਜ਼ਾਤੇ ਆਲਾ ਉਬਾਲਾ ਵਾਸਤੇ ਬਖਸ਼ਿਸ਼ੋ ਮਗਫਰਤ ਦੀਆਂ ਦੁਆਵਾਂ ਸਹਾਬਾ ਇਕਰਾਮ ਵਾਸਤੇ ਤਬਾਈਨ ਵਾਸਤੇ ਤਬਾ ਤਬਾਈਨ ਵਾਸਤੇ ਖਸੂਸ ਬਿਲ ਖਸੂਸ ਦੁਆ ਕਰੋ ਸਾਡੇ ਚੋਂ ਕਿਸੇ ਦੀ ਵਾਲਦ ਵਾਲਦਾ ਇੱਕ ਜਾਂ ਦੋਵੇਂ ਅਗਰ ਇਸ ਦੁਨੀਆਂ ਤੋਂ ਤੁਰ ਗਏ ਨੇ ਅੱਲਾ ਸਾਡੇ ਵਾਲਿਦੈਨ ਦੀ ਕਾਮਿਲ ਬਖਸ਼ਿਸ਼ੋ ਮਗਫਰਤ ਫਰਮਾਏ। ਮੇਰਾ ਰੱਬੇ ਜ਼ੁਲ ਜਲਾਲ ਜਿਨ੍ਹਾਂ ਦੇ ਵਾਲਿਦੈਨ ਜ਼ਿੰਦਾ ਨੇ ਮੇਰਾ ਅੱਲਾ ਸਾਡੇ ਵਾਲਿਦੈਨ ਨੂੰ ਸਿਹਤੋ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾਏ। ਹਜ਼ਰਾਤ ਮੁਹਤਰਮ ਜਿਸ ਤਰ੍ਹਾਂ ਕਿ ਪਿਛਲੇ ਜੁਮਾਤੁਲ ਮੁਬਾਰਕ ਦੇ ਅੰਦਰ ਦਿਲ ਦੇ ਹਾਲਾਤ ਔਰ ਇਹਦੀ ਅਮਰਾਜ਼ ਦਾ ਤਜ਼ਕਰਾ ਕੀਤਾ ਗਿਆ ਸੀ ਕਿ ਦਿਲ ਨੂੰ ਮਰਜ਼ਾਂ ਵੀ ਲੱਗਦੀਆਂ ਨੇ ਜਿਹੜਾ ਦਿਲ ਅੱਲਾ ਦਾ ਜ਼ਿਕਰ ਨਹੀਂ ਕਰਦਾ। ਅੱਜ ਦੇ ਖੁਤਬਾ ਜੁਮਾ ਦੇ ਅੰਦਰ ਇਨਸ਼ਾਅੱਲਾ ਜਿਹੜਾ ਬੰਦਾ ਅੱਲਾ ਰੱਬੁਲ ਆਲਮੀਨ ਦਾ ਜ਼ਿਕਰ ਕਰਨ ਵਾਲਾ ਅੱਲਾ ਨੂੰ ਯਾਦ ਕਰਨ ਵਾਲਾ ਉਹ ਰੱਬੇ ਜ਼ੁਲ ਜਲਾਲ ਨੂੰ ਕਿੱਡਾ ਪਿਆਰਾ ਔਰ ਕਿੱਡਾ ਚੰਗਾ ਲੱਗਦਾ। ਫਿਰ ਇਸ ਬਾਤ ਦਾ ਖੁਦ ਤੁਸੀਂ ਅੰਦਾਜ਼ਾ ਲਗਾਓ ਕਿ ਅੱਲਾ ਦਾ ਜ਼ਿਕਰ ਕਰਨਾ ਕਿਤਨਾ ਜ਼ਰੂਰੀ ਹੈ। ਬਗੈਰ ਰੱਬ ਦੇ ਜ਼ਿਕਰ ਤੋਂ ਅੱਲਾ ਨੂੰ ਯਾਦ ਕੀਤਿਓ ਬਗੈਰ ਨਬੀ ਰਹਿਮਤ ਜਨਾਬ ਮੁਹੰਮਦੁਰ ਰਸੂਲੁਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜੋ ਸ਼ਖਸ ਆਪਣੇ ਰੱਬ ਨੂੰ ਯਾਦ ਕਰਦਾ ਆਪਣੇ ਅੱਲਾ ਨੂੰ ਯਾਦ ਕਰਦਾ ਹੈ ਉਹਦੀ ਮਿਸਾਲ ਇਸ ਤਰ੍ਹਾਂ ਹੈ ਕਿ ਜਿਵੇਂ ਉਹ ਜ਼ਿੰਦਾ ਅਸੀਂ ਜ਼ਿੰਦਾ ਉਹਨੂੰ ਸਮਝਨੇ ਆ ਕਿ ਜਿਹੜਾ ਬੰਦਾ ਤੁਰਦਾ ਫਿਰਦਾ ਹੋਏ ਕੰਮ ਕਰਦਾ ਹੋਏ ਖਾਂਦਾ ਪੀਂਦਾ ਹੋਏ ਮਗਰ ਉਹ ਬੰਦਾ ਜ਼ਿੰਦਾ ਨਹੀਂ ਜਿਹੜਾ ਤੁਰਦਾ ਫਿਰਦਾ ਏ ਖਾ ਰਿਹਾ ਏ ਪੀ ਰਿਹਾ ਏ ਅਸਲ ਜ਼ਿੰਦਾ ਬੰਦਾ
نبی پاک علیہ السلام نے فرمایا, بخاری مسلم دے اندر حدیث موجود ہے کہ نبی رحمت علیہ السلام نے فرمایا کہ جیڑا بندہ اللہ دا ذکر کردا ہے اودی مثال زندہ دی طرح ہے, تے جیڑا بندہ رب نو یاد نہیں کردا اللہ دا ذکر نہیں کردا او بندہ مردہ ہے. اور ایدے تو ذکر تو مراد اللہ نو یاد کرنا بیان کیتا گیا کہ رب نو یاد کرنا ہے, شیطان نو یاد نہیں کرنا. گانے قوالیاں نظمات گیتاں نال اپنے دل نو تر نہیں رکھنا, زبان نو تر نہیں رکھنا, اللہ دا ذکر کرنا ہے. حضرات اللہ دی بارگاہ چ دعا کرو کہ میرا سچا خالق و مالک سانو سبنا نو اپنا ذکر کرنے دی توفیق عطا فرمائے. اور اللہ دا قرآن گواہ, اللہ دا قرآن اس بات دا شاہد ہے کہ جیڑا بندہ اج دنیا تے ٹردا پھردا اکھاں دے نال ویندا ہوئے دنیا تو ٹر جائے مر جائے, ایک دن رب نال ملاقات ہونی ہے, اس وقت یا تے بندہ نیک اعمال لے کے دنیا تو جاندا ہے تے یا برے اعمال گناہ لے کے جاندا ہے. دعا کرو اللہ سانو دنیا دے اوپر جتنی دیر زندہ رکھے میرا رب سانو نیک اعمال کرنے دی توفیق عطا فرمائے. اور ذکر کرن والا اور ذکر نہ کرن والا انہاں دے اندر فرق کی ہے اے رب دے قرآن نے دسیا. آؤ ذرا غور کرنا, آؤ مسلمانو ذرا غور کر دے جانا. اللہ دا قرآن, اللہ رب العالمین نے فرمایا وَمَنْ أَعْرَضَ عَنَ ذِكْرِي فَإِنَّ لَهُ مَعِيشَةً ضَنْكًا وَنَحْشُرُهُ يَوْمَ الْقِيَامَةِ أَعْمَى. اللہ دا قرآن, آؤ مسلمان ویرو, آؤ امام جناب والا جامعہ مسجدیا یا رحمانیہ دے اندر آن والے آ, اج ذرا غور کرنا تو تے میں زندگی پہ گزارنے آ. ساڈی زندگی دے لمحات لنگ دے جاندے نے, عمراں گزردیاں جا رہی نے, اے بچہ پیدا ہویا, جوان ہویا, بوڑھا ہویا, دنیا تو چلا گیا. آؤ ذرا غور کرنا, اللہ رب العالمین دے قرآن نے تانوں تے مینوں بڑیاں تلقیناں کیتیاں نے, اللہ دے قرآن نے تانوں تے مینوں بڑے راہ وکھائے نے. اج بڑے بڑے عقل مند دنیا تے ٹرے پھردے نے, بڑے بڑے دانشور ٹرے پھردے نے, بڑے بڑے بزنس مین ٹرے پھردے نے, بڑا بڑا جنابے والا مال کماؤن والے ٹرے پھردے نے, مگر مسلماناں انہاں نوں سکون نہیں ملدا, انہاں نوں چین تے قرار نہیں ملدا. ایمان والے آ میرے ویرا, اج ذرا غور کردا جا, سکون کیویں ملے گا, چین تے قرار کیویں ملے گا, دنیا دی اُتے سکون کیویں ملے گا, قبر دے اندر چھٹکارے کیویں ملن گے, ہر معاشر دے میدان دے اندر, رب دی بارگاہ دے اندر, سچے ہاتھ دے اندر نامہ اعمال کیویں ملے گا. اج زندگی تے ہر بندہ گزار رہا ہے نا, مگر کامیاب زندگی گزارن والا او نہیں جڑا دنیا دی اُتے ملاں دا مالک بن جائے, کام
ਕਾਮਯਾਬ ਜ਼ਿੰਦਗੀ ਗੁਜ਼ਾਰਨ ਵਾਲਾ ਉਹ ਬੰਦਾ ਨਹੀਂ ਜਿਹੜਾ ਕਾਰਾਂ ਦਾ ਮਾਲਕ ਬਣ ਜਾਏ, ਕਾਮਯਾਬ ਜ਼ਿੰਦਗੀ ਗੁਜ਼ਾਰਨ ਵਾਲਾ ਉਹ ਬੰਦਾ ਨਹੀਂ ਜਿਹੜਾ ਬੰਦਾ ਦੁਨੀਆ ਤੇ ਰਕਬੇ ਲੈ ਲਏ, ਕਾਮਯਾਬ ਬੰਦਾ ਉਹ ਨਹੀਂ ਕਿ ਜਿਹੜਾ ਜਨਾਬੇ ਵਾਲਾ ਆਪਣੀਆਂ ਔਲਾਦਾਂ ਨੂੰ ਜਵਾਨ ਕਰੇ, ਜਵਾਨ ਹੋਣ ਤੋਂ ਬਾਅਦ ਔਲਾਦਾਂ ਨੂੰ ਮੈਟ੍ਰਿਕ ਕਰਵਾ ਦੇ, ਜਵਾਨ ਕਰਕੇ ਔਲਾਦਾਂ ਨੂੰ FSC ਕਰਾ ਦੇ, MA ਕਰਾ ਦੇ, MBA ਕਰਾ ਦੇ, ਮਾਸਟਰ ਕਰਾ ਦੇ, ਇਹ ਡਿਗਰੀਆਂ ਸਾਰੀਆਂ ਦੁਨੀਆ ਤੇ ਰਹਿ ਜਾਣੀਆਂ। ਅਗਰ ਤੂੰ ਚਾਹੁੰਦਾ ਹੈ ਕਿ ਤੇਰਾ ਬੱਚਾ ਤੇਰੇ ਲਈ ਜ਼ਰੀਆ ਨਜਾਤ ਬਣ ਜਾਏ, ਅਗਰ ਤੂੰ ਤੇ ਮੈਂ ਚਾਹੁੰਦੇ ਹਾਂ ਕਿ ਤੁਹਾਡਾ ਤੇ ਮੇਰਾ ਲਾਲ ਮੇਰੇ ਮਰਨ ਤੋਂ ਬਾਅਦ ਬਖਸ਼ਿਸ਼ ਦਾ ਸਮਾਨ ਬਣ ਜਾਏ, ਆਪਣਿਆਂ ਬੱਚਿਆਂ ਨੂੰ ਜਿੱਥੇ ਦੁਨੀਆ ਦੀਆਂ ਡਿਗਰੀਆਂ, ਜਿੱਥੇ ਦੁਨੀਆ ਦੀਆਂ ਕਿਤਾਬਾਂ ਪੜ੍ਹਾਉਣਾ ਹੈ, ਰੱਬ ਦਾ ਕੁਰਾਨ ਵੀ ਪੜ੍ਹਾਇਆ। ਔਰ ਬੜੀ ਖੁਸ਼ਕਿਸਮਤੀ ਦੀ ਬਾਤ ਹੈ, ਸ਼ਾਇਦ ਦੋਸਤ ਅਹਿਬਾਬ ਨੇ ਫੇਸਬੁੱਕ ਤੇ ਵੇਖਿਆ ਹੋਵੇ, ਇੱਕ ਬੱਚੀ ਚੌਥੀਆਂ ਦਿਨਾਂ ਦੇ ਅੰਦਰ, ਚੌਥੀ ਦਿਨਾਂ ਦੇ ਅੰਦਰ ਉਸ ਬੱਚੀ ਨੇ ਕੁਰਾਨ ਨੂੰ ਹਿਫਜ਼ ਕੀਤਾ, ਆਪਣੇ ਸੀਨੇ ਦੇ ਅੰਦਰ ਜਮ੍ਹਾਂ ਕਰ ਲਿਆ। ਕਿੱਡਾ ਵੱਡਾ ਇਜ਼ਾਜ਼ ਹੈ, ਅੱਜ ਅਸੀਂ ਖੁਸ਼ ਹੁੰਨੇ ਆ ਕਿ ਸਾਡਾ ਬੱਚਾ ਇਹ ਜਨਾਬ ਪ੍ਰਾਇਮਰੀ ਪਾਸ ਕਰ ਗਿਆ ਚੰਗੀਆਂ ਨੰਬਰਾਂ ਦੇ ਨਾਲ, ਮੈਟ੍ਰਿਕ ਕਰ ਗਿਆ ਚੰਗੀਆਂ ਨੰਬਰਾਂ ਦੇ ਨਾਲ, ਇਹਨੇ FSC ਚੋਂ ਬੜੇ ਨੰਬਰ ਲੈ ਲਏ, ਇਹ ਸਾਰੇ ਨੰਬਰ ਦੁਨੀਆ ਤੇ ਰਹਿ ਜਾਣੇ ਨੇ। ਅਗਰ ਕੋਈ ਨੰਬਰ ਕੰਮ ਆਣੇ ਨੇ ਉਹ ਰੱਬ ਦੇ ਕੁਰਾਨ ਦੇ ਨੰਬਰ। ਕਦੀ ਅਸੀਂ ਇਸ ਬਾਤ ਤੇ ਗੌਰ ਕੀਤੀ ਕਿ ਜਨਾਬ ਅਸੀਂ ਦੁਨੀਆ ਤੇ ਜ਼ਿੰਦਗੀ ਪੈ ਗੁਜ਼ਾਰਨੇ ਆ, ਇਹ ਮਰ ਜਾਣਾ ਤੁਰ ਜਾਣਾ, ਅਸੀਂ ਆਪਣੀ ਔਲਾਦ ਨੂੰ ਕੁਰਾਨ ਦੇ ਵੱਲ ਲਾਈਏ, ਜ਼ਿਕਰੋ ਅਜ਼ਕਾਰ ਸਿਖਾਈਏ। ਸਾਨੂੰ ਟਿਊਸ਼ਨ ਦੀ ਟੈਨਸ਼ਨ ਹੈ, ਬੱਚੇ ਦੀ ਇੰਗਲਿਸ਼ ਦੀ ਟੈਨਸ਼ਨ ਹੈ, ਰਾਤ ਨੂੰ ਉੱਠ ਉੱਠ ਕੇ ਮਾਵਾਂ ਬੱਚਿਆਂ ਨੂੰ ਰਿਆਜ਼ੀ ਦੇ ਸਵਾਲ ਕਰਾਉਂਦੀਆਂ ਨੇ, ਅੰਗਰੇਜ਼ੀ ਪੜ੍ਹਾਉਂਦੀਆਂ ਨੇ, ਅੱਛੇ ਤੋਂ ਅੱਛਾ ਟਿਊਟਰ ਰਖਾ ਕੇ ਦਿੰਦੀਆਂ ਨੇ, ਬਾਰ ਬਾਰ ਪੜ੍ਹ ਪੁੱਤਰ ਅੰਗਰੇਜ਼ੀ ਦੇ ਅਲਫਾਜ਼ ਨੂੰ। ਉਹ ਕਦੀ ਇਹ ਵੀ ਗੱਲ ਸੋਚਿਆ ਕਰ, ਕਦੀ ਆਪਣੀ ਔਲਾਦ ਨੂੰ ਇਹ ਕਿਹਾ ਪੁੱਤਰ ਉਹ ਧੀਏ ਸੂਰਤੇ ਫਾਤਿਹਾ ਨੂੰ ਬਾਰ ਬਾਰ ਪੜ੍ਹਿਆ ਕਰ, ਸੂਰਤੇ ਇਖਲਾਸ ਨੂੰ ਬਾਰ ਬਾਰ ਪੜ੍ਹਿਆ ਕਰ, ਕੁਰਾਨ ਨੂੰ ਬਾਰ ਬਾਰ ਪੜ੍ਹਿਆ ਕਰ। ਜਦੋਂ ਤੂੰ ਕੁਰਾਨ ਪੜ੍ਹੇਗਾ ਦੁਨੀਆ ਦਾ ਜਿਹੜਾ ਵੀ ਇਲਮ ਹੈ, ਦੁਨੀਆ ਦੀ ਤਾਲੀਮ, ਅੰਗਰੇਜ਼ੀ, ਰਿਆਜ਼ੀ, ਸਾਇੰਸ, ਇਹ ਜਿੰਨੀਆਂ ਵੀ ਕਿਤਾਬਾਂ ਨੇ ਇਹ ਸਾਰੀਆਂ ਦੁਨੀਆ ਤੇ ਰਹਿ ਜਾਣਗੀਆਂ ਰੱਬ ਦੇ ਕੁਰਾਨ ਦੀ ਤਾਲੀਮ ਵਾਸਤੇ। ਜਦੋਂ ਆਪਣੀ ਔਲਾਦ ਨੂੰ ਸਮਝਾਏਗਾ ਇਹੀ ਤੇਰੀ ਕੁਰਾਨ ਨੂੰ ਸਿਖਾਇਆ ਜਾਣਾ, ਕੁਰਾਨ ਨੂੰ ਪੜ੍ਹਾਇਆ ਜਾਣਾ, ਕੁਰਾਨ ਦਾ ਜ਼ਿਕਰ ਕਰਵਾਇਆ ਜਾਣਾ, ਰੱਬ ਤੈਨੂੰ ਵੀ ਅਜਰ ਅਤਾ ਫਰਮਾਏਗਾ, ਤੇਰੀ ਔਲਾਦ ਨੂੰ ਵੀ ਅੱਲਾ ਨੇਕ ਬਣਾਏਗਾ। ਇਹ ਜਿਹੜੀਆਂ ਔਲਾਦਾਂ ਅੱਜ ਵਾਲਦੈਨ ਦੀਆਂ ਨਾ ਫਰਮਾ, ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਜੇ ਕਿ ਅਸੀਂ ਬੱਚਿਆਂ ਨੂੰ ਕੁਰਾਨ ਦੀ ਤਾਲੀਮ ਨਹੀਂ ਦੇ ਰਹੇ, ਅਸੀਂ ਆਪਣੀ ਔਲਾਦ ਨੂੰ ਜ਼ਿਕਰੁੱਲਾ ਵੱਲ ਨਹੀਂ ਲਾ ਰਹੇ, ਉਹਨਾਂ ਦੇ ਦਿਲ ਦੇ ਅੰਦਰ ਖਿਆਲ ਗਾਣਿਆਂ ਦਾ, ਦਿਮਾਗ ਦੇ ਅੰਦਰ ਸੋਚਾਂ ਕਵਾਲੀਆਂ ਦੀਆਂ, ਜ਼ੁਬਾਨ ਚੋਂ ਉਹਨਾਂ ਤੋਂ ਨਿਕਲਦਾ ਹੈ ਸਿਰਫ ਔਰ ਸਿਰਫ ਇੱਕੋ ਗੱਲ, ਗਾਣਾ, ਕਵਾਲੀ, ਮਾਇਏ, ਦੋੜੇ, ਉਹ ਇਹਨਾਂ ਚੀਜ਼ਾਂ ਨੇ ਕੰਮ ਨਹੀਂ ਆਉਣਾ। ਔਰ ਜਿਹੜਾ ਬੰਦਾ ਅੱਲਾ ਦੇ ਜ਼ਿਕਰ ਤੋਂ ਮੂੰਹ ਮੋੜਦਾ ਉਹਦੇ ਤੋਂ ਰੱਬ ਮੂੰਹ ਮੋੜ ਲੈਂਦਾ, ਉਹਦੇ ਤੋਂ ਮੇਰਾ ਅੱਲਾ ਮੂੰਹ ਮੋੜਦਾ ਹੈ। ਤੇ ਜਦੋਂ ਰੱਬ ਮੂੰਹ ਮੋੜਦਾ ਜੇ ਨਾ, ਬੰਦਾ ਦੁਨੀਆ ਤੇ ਜ਼ਲੀਲ ਤੇ ਰੁਸਵਾ ਤੇ ਖੱਜਲ ਤੇ ਖਰਾਬ
اگر اس زلالت تو بچنا چاہتے ہو اللہ نال وعدہ کرو اللہ سونیا سانو اپنے دلاں دے نال ذکر کرنے دی توفیق عطا فرما اللہ اے جڑا تانوں تے مینوں سکون نہیں ملتا اے دی وجہ اے کہ اسی اللہ دے ذکر تو دور ہو گئے اللہ سانو اپنا ذکر کرنے دی توفیق عطا فرمائے اور بے ذکر بندہ جڑا بندہ ذکر نہیں کرتا او دا اللہ نے قرآن چ ذکر کیتا ہے او بندہ کتنا ذلیل تے خار ہوئے گا آؤ ذرا غور کریا جی اللہ دا قرآن اللہ رب العالمین نے فرمایا فرمایا وَمَنْ أَعْرَضَ عَن ذِكْرِي فَإِنَّ لَهُ مَعِيشَةً ضَنكًا آ میرے آ مسلمان ویرا ذرا غور کردا جا اجنابے والا جدوں اے دنیا دیاں اجنابے والا رسماں چلدیاں پیاں نے اے تیرے تے میرے ساواں دیاں لڑیاں چلدیاں پیاں نے اک ویلا آئے گا کل نفس ذائقۃ الموت اے توں تے میں دنیا تو ٹر جانا کتے رحمانی صاحب دنیا تو جا رہے نے کتے گجر صاحب دنیا تو جا رہے نے اے کتے مسجد دا امام دنیا تو جا رہے آئے کتے ماں دنیا تو جا رہی ہے کتے بابا دنیا تو جا رہے آئے کتے جوان دنیا تو جا رہے آئے کتے بوڑھا دنیا تو جا رہے آئے جان والا کامیاب و کامران ہوئے جڑا اللہ دا ذکر کردا ٹر جاوے اللہ نو یاد کردا ٹر جاوے اللہ دی حمد سنا بیان کردا ٹر جاوے اللہ دا قرآن فرمایا وَمَنْ أَعْرَضَ عَن ذِكْرِي فَإِنَّ لَهُ مَعِيشَةً ضَنكًا وَنَحْشُرُهُ يَوْمَ الْقِيَامَةِ أَعْمَى قَالَ رَبِّ لِمَ حَشَرْتَنِي أَعْمَى وَقَدْ كُنْتُ بَصِيرًا اللہ رب العالمین ذرا ترجمہ سنیا جے او میرے ویرا ذرا کناں دیاں کھڑکیاں کھول لے آ جڑیاں دل دیاں تختیاں زنگ آلودہ ہو چکیاں نے اے جنہاں دلاں تے زنگ لگ چکے آئے اس زنگ نو قرآن دے ذکر نال اتاریا کر اللہ دی حمد و ثنا بیان کریا کر اللہ رب العالمین نے فرمایا جڑا دنیا تے رہن والا جڑا سدھو پورے دے اندر رہن والا جڑا رشید آباد دے اندر رہن والا جڑا گردو نواہ دی اندر رہن والا مسلمان اے جنہیں کلمہ پڑھیا دنیا تے آیا اللہ نے انسان بنایا اے جنابے والا دنیا تے چلدا پھردا اے تے اللہ دا ذکر نہیں کردا اللہ رب العالمین نے فرمایا وَمَنْ أَعْرَضَ عَن ذِكْرِي جڑا بندہ ذکر نہیں کردا جڑا اللہ دے ذکر تو اعراض کردا اے اللہ دے ذکر تو جڑا بندہ دور جاندا اے اللہ دا قرآن سنیا جی او مسلماناں ਅੱਜ ਕਿਹੜਿਆਂ ਭੁਲੇਖਿਆਂ ਦੇ ਅੰਦਰ ਟੁਰਿਆ ਫਿਰਦਾ ਏ ਕਿਹੜੀ ਦੁਨੀਆਦਾਰੀ ਦੇ ਅੰਦਰ ਟੁਰਿਆ ਫਿਰਦਾ ਏ ਕਿਹੜੀਆਂ ਵਡਿਆਈਆਂ ਕਰਦਾ ਫਿਰਦਾ ਏ ਕਿਹੜੀ ਐਸ਼ੋ ਇਸ਼ਰਤ ਦੇ ਅੰਦਰ ਟੁਰਿਆ ਫਿਰਦਾ ਏ ਅੱਲਾ ਫਰਮਾਉਂਦੇ ਨੇ ਵਾ ਮਨ ਆਰਾਧਾ ਦਿਕਰੀ فإن له معيشة ضنكا ونحشره يوم القيامة أعمى اللہ فرماتے ہیں کل قیامت کا روز ہوئے گا کل محشر دے میدان دے اندر ایک بندے نو اللہ رب العالمین زندہ کرن گے اے بندہ قبر چوں باہر آیا اے جدوں قبر چوں مسلماناں میرے ویرا انہاں گلاں تے کدی غور کریا کر مالو متا تے بڑا غور کردا اے سیاستداناں
ਅੱਲਾ ਦੀਆਂ ਗੱਲਾਂ ਤੇ ਬੜਾ ਗੌਰ ਕਰਦਾ ਏ, ਗਾਣਿਆਂ ਤੇ ਬੜਾ ਗੌਰ ਕਰਦਾ ਏ, ਕਵਾਲੀਆਂ ਤੇ ਬੜਾ ਗੌਰ ਕਰਦਾ ਏ, ਦੋੜਿਆ ਮਾਈਆਂ ਤੇ ਬੜਾ ਗੌਰ ਕਰਦਾ ਏ, ਉਹ ਕਦੀ ਕੁਰਾਨ ਤੇ ਵੀ ਗੌਰ ਕਰਿਆ ਕਰ, ਉਹ ਕਦੀ ਰੱਬ ਦੇ ਫਰਮਾਨ ਤੇ ਵੀ ਗੌਰ ਕਰਿਆ ਕਰ। ਅੱਲਾ ਫਰਮਾਉਂਦੇ ਨੇ ਕੱਲ ਨੂੰ ਇੱਕ ਬੰਦਾ ਕਬਰ ਚੋਂ ਕੱਢਿਆ ਜਾਏਗਾ, ਇਹ ਜਿਹੜਾ ਦੁਨੀਆਂ ਤੇ ਵੇਂਦਾ ਹੋਏਗਾ, ਦੁਨੀਆਂ ਤੇ ਜਨਾਬੇ ਵੱਲ ਅੱਖਾਂ ਨਾਲ ਵੇਖਦਾ ਹੋਏਗਾ, ਕੰਨਾਂ ਨਾਲ ਸੁਣਦਾ ਹੋਏਗਾ, ਜ਼ੁਬਾਨ ਦੇ ਨਾਲ ਬੋਲਦਾ ਹੋਏਗਾ, ਮਗਰ ਜਦੋਂ ਕੱਲ ਕਬਰ ਚੋਂ ਨਿਕਲੇਗਾ ਅੱਲਾ ਉਹਨੂੰ ਅੰਨਿਆਂ ਕਰ ਦੇਗਾ, ਅੱਲਾ ਨੂੰ ਅੰਨਿਆਂ ਕਰ ਦੇਗਾ। ਉਹ ਸਿੱਧੂਪੁਰੀਆ ਉਹ ਕਿਹੜੀ ਬੱਲੇ ਬੱਲੇ ਦੇ ਅੰਦਰ ਪੈ ਗਿਆ ਏ, ਅੱਜ ਦਾ ਨੌਜਵਾਨ ਜਦੋਂ ਟਿਕਟੌਕ ਤੇ ਗੌਰਾਂ ਕਰਦਾ ਏ, ਜਦੋਂ ਟਿਕਟੌਕ ਬਣਾਉਂਦਾ ਏ, ਕਦੀ ਦਿਲ ਦੇ ਅੰਦਰ ਖਿਆਲ ਨਹੀਂ ਆਇਆ ਇਹ ਜਿਹੜੀ ਜ਼ੁਬਾਨ ਦੇ ਨਾਲ, ਇਹ ਜਿਹੜੀ ਜ਼ੁਬਾਨ ਦੇ ਨਾਲ ਇਹ ਗਾਣਾ ਪਿਆ ਗਾਉਂਦਾ ਏ, ਜਿਹੜੀ ਜ਼ੁਬਾਨ ਦੇ ਨਾਲ ਇਹ ਜਿਹੜੀ ਜ਼ੁਬਾਨ ਦੇ ਨਾਲ ਦੋੜੇ ਮਾਹੀਏ ਤੇ ਸ਼ੈਤਾਨੀ ਬੋਲ ਪਿਆ ਬੋਲਦਾ ਏ, ਇਹ ਅੱਜ ਤੋਂ ਦੁਨੀਆਂ ਤੇ ਗਾਣੇ ਪਿਆ ਬੋਲਦਾ ਏ, ਕੱਲ ਨੂੰ ਜਦੋਂ ਰੱਬ ਦੀ ਬਾਰਗਾਹ ਦੇ ਅੰਦਰ ਪੇਸ਼ ਕੀਤਾ ਜਾਏਗਾ, ਅੱਲਾ ਫਰਮਾਉਂਦੇ ਨੇ ਉਸ ਬੰਦੇ ਨੂੰ ਮੈਂ ਅੰਨਿਆਂ ਕਰ ਦਿਆਂਗਾ, ਉਸ ਬੰਦੇ ਨੂੰ ਮੈਂ ਗੂੰਗਿਆਂ ਕਰ ਦਿਆਂਗਾ। ਉਹ ਬੰਦਾ ਜਦੋਂ ਕਿਆਮਤ ਦੇ ਦਿਨ ਉਠਾਇਆ ਜਾਏਗਾ, ਦੁਨੀਆਂ ਤੇ ਵੇਂਦਾ ਹੋਏਗਾ, ਦੁਨੀਆਂ ਤੇ ਸੁਣਦਾ ਹੋਏਗਾ, ਦੁਨੀਆਂ ਤੇ ਬੋਲਦਾ ਹੋਏਗਾ, ਅੱਲਾ ਦੀ ਕਚਹਿਰੀ ਦੇ ਅੰਦਰ ਜਦੋਂ ਜਾਏਗਾ, ਉਹ ਜਦੋਂ ਕਿਆਮਤ ਦਾ ਦਿਨ ਹੋਏਗਾ, ਜਨਾਬੇ ਵਾਲਾ ਉਹਨੂੰ ਨਜ਼ਰ ਵੀ ਨਹੀਂ ਆਏਗਾ, ਬੋਲ ਵੀ ਨਹੀਂ ਸਕੇਗਾ, ਸੁਣ ਵੀ ਨਹੀਂ ਸਕੇਗਾ, ਅੱਲਾ ਦੀ ਬਾਰਗਾਹ ਚ ਇਲਤਜਾ ਕਰੇਗਾ, ਕਾਲਾ ਰੱਬੀ ਲਿਮਾ ਹਸ਼ਰਤਨੀ, ਕਾਲਾ ਰੱਬੀ ਲਿਮਾ ਹਸ਼ਰਤਨੀ, ਇਹ ਜਨਾਬ ਅੱਲਾ ਦੀ ਬਾਰਗਾਹ ਦੇ ਅੰਦਰ ਅਰਜ਼ ਕਰੇਗਾ, ਸੋਹਣਿਆ ਰੱਬਾ ਨੀਲੀ ਛੱਤ ਦਿਆ ਮਾਲਕਾ, ਸਾਰੀ ਕਾਇਨਾਤ ਨੂੰ ਪਾਲਣ ਵਾਲਿਆ ਸੋਹਣਿਆ ਰੱਬਾ, ਜਦੋਂ ਤੂੰ ਮੈਨੂੰ ਦੁਨੀਆਂ ਤੇ ਭੇਜਿਆ ਸੀ ਅੱਲਾ ਸੋਹਣਿਆ, ਮੈਨੂੰ ਨਜ਼ਰ ਵੀ ਆਉਂਦਾ ਸੀ ਅੱਲਾ ਸੋਹਣਿਆ, ਮੈਂ ਬੋਲਦਾ ਸਾਂ ਮੇਰੀ ਆਵਾਜ਼ ਵੀ ਨਿਕਲਦੀ ਸੀ ਅੱਲਾ ਸੋਹਣਿਆ, ਮੈਨੂੰ ਸੁਣਦਾ ਵੀ ਸੀ ਅੱਲਾ ਜੀ, ਅੱਜ ਕੀ ਹੋ ਗਿਆ, ਨਾ ਤੇ ਮੈਨੂੰ ਸੁਣ ਰਿਹਾ ਏ, ਨਾ ਮੈਂ ਬੋਲ ਸਕਦਾ ਵਾਂ, ਨਾ ਕਿਸੇ ਦੇ ਨਾਲ ਗੱਲ ਕਰ ਸਕਦਾ ਵਾਂ। ਫਿਰ ਅੱਲਾ ਦਾ ਕੁਰਾਨ ਗਵਾਏ, ਅੱਲਾ ਫਰਮਾਉਣਗੇ, ਅੱਲਾ ਫਰਮਾਉਂਦੇ ਨੇ ਕਾਲਾ ਕਦਾਲਿਕਾ ਅਤਤ ਕਾ ਆਇਆ ਤੁਨਾ ਫਨਸੀ ਤਗਾ ਵਕਦਾਲਿ ਕਲਿਓ ਮਤੁਨਸਾ। ਆਓ ਜ਼ਰਾ ਇਮਾਨ ਵਾਲਿਓ, ਅੱਲਾ ਦਾ ਪੈਗਾਮ ਸੁਣਨਾ, ਅੱਜ ਜਿਹੜਾ ਮੇਰਾ ਵੀਰ ਇਸ ਮਸਜਿਦ ਦੇ ਅੰਦਰ ਬੈਠਾ ਏ, ਅਸੀਂ ਸਾਰੇ ਰਲ ਕੇ ਆਪਣਾ ਆਪਣਾ ਮੁਹਾਸਬਾ ਕਰੀਏ, ਆਪਣੇ ਆਪਣੇ ਸ਼ਬੋ ਰੋਜ਼ ਤੇ ਗੌਰ ਕਰੀਏ। ਅੱਜ ਸਵੇਰ ਸਭ ਫਜਰ ਦਾ ਸੂਰਜ ਤਲੂ ਹੋਇਆ, ਜਦੋਂ ਤੂੰ ਤੇ ਮੈਂ ਫਜਰ ਵੇਲੇ ਉੱਠੇ ਹਾਂ, ਅਸੀਂ ਕਿੰਨੇ ਬੈਠੇ ਹਾਂ ਜਿਨ੍ਹਾਂ ਨੇ ਫਜਰ ਨਹੀਂ ਪੜ੍ਹੀ, ਅਸੀਂ ਕਿੰਨੇ ਬੈਠੇ ਹਾਂ ਕਿ ਜਿਨ੍ਹਾਂ ਨੇ ਰੱਬ ਦਾ ਕੁਰਾਨ ਨਹੀਂ ਪੜ੍ਹਿਆ, ਅਸੀਂ ਕਿੰਨੇ ਲੋਕ ਬੈਠੇ ਆ ਜਿਨ੍ਹਾਂ ਨੇ ਅੱਲਾ ਨੂੰ ਯਾਦ ਨਹੀਂ ਕੀਤਾ। ਇਹ ਜਿੰਨੇ ਦਿਨ ਗੁਜ਼ਰ ਗਏ ਨੇ, ਇਹ ਪੂਰਾ ਹਫਤਾ ਜੁਮੇ ਤੋਂ ਲੈ ਕੇ ਜੁਮੇ ਤੱਕ ਅੱਜ ਆਇਆ ਬੈਠਾ ਏ, ਜਰਾ ਆਪਣੇ ਇੱਕ ਇੱਕ ਦਿਨ ਤੇ ਗੌਰ ਕਰ, ਕਦੀ ਆਪਣੇ ਹਫਤੇ ਤੇ ਗੌਰ ਕਰਿਆ ਕਰ, ਆਪਣੇ ਇਤਵਾਰ ਤੇ ਗੌਰ ਕਰਿਆ ਕਰ, ਆਪਣੇ ਪੀਰ ਮੰਗਲ ਬੁੱਧ ਜੁਮੇ ਰਾਤ ਤੇ ਗੌਰ ਕਰਿਆ ਕਰ। ਇਹ ਜ਼ਿੰਦਗੀ ਗੁਜ਼ਰਦੀ ਜਾ ਰਹੀ ਏ, ਇੱਕ ਦਿਨ ਜਨਾਬ ਤੂੰ ਤੇ ਮੈਂ ਵੀ ਟੁਰ ਜਾਣਾ ਏ, ਅਗਰ ਅਸੀਂ ਅੱਲਾ
ਜ਼ਿਆਦਾ ਜ਼ਿਕਰ ਨਹੀਂ ਕਰਦੇ ਫਿਰ ਅੱਲਾ ਜਵਾਬ ਦੇਣਗੇ। ਜਦੋਂ ਬੰਦਾ ਅੱਲਾ ਨੂੰ ਸਵਾਲ ਕਰੇਗਾ, ਅੱਲਾ ਸੋਹਣਿਆ ਮੈਂ ਦੁਨੀਆਂ ਤੇ ਵੇਂਦਾ ਸੁਣਦਾ ਤੇ ਬੋਲਦਾ ਸਾਂ, ਅੱਲਾ ਜਵਾਬ ਦੇਣਗੇ, ਉਹ ਮੇਰੇ ਆ ਬੰਦਿਆ ਮੇਰੇ ਕੋਲੋਂ ਸਵਾਲ ਕਰਨ ਵਾਲਿਆ, ਜਦੋਂ ਮੈਂ ਤੈਨੂੰ ਦੁਨੀਆਂ ਤੇ ਅੱਖਾਂ ਦਿੱਤੀਆਂ, ਇਹਨਾਂ ਅੱਖਾਂ ਦੇ ਨਾਲ ਤੂੰ ਕੁਰਾਨ ਤੇ ਵੇਖਿਆ ਹੀ ਨਹੀਂ, ਜਦੋਂ ਮੈਂ ਤੈਨੂੰ ਜ਼ੁਬਾਨ ਦਿੱਤੀ ਸੀ ਇਸ ਜ਼ੁਬਾਨ ਦੇ ਨਾਲ ਤੂੰ ਮੇਰਾ ਜ਼ਿਕਰ ਤੇ ਕੀਤਾ ਹੀ ਨਹੀਂ। ਇਹ ਜਨਾਬੇ ਵਾਲਾ ਜਿਹੜੇ ਤੈਨੂੰ ਕੰਨ ਦਿੱਤੇ ਸਨ, ਇਹਨਾਂ ਕੰਨਾਂ ਦੇ ਨਾਲ ਤੂੰ ਮੇਰਾ ਕੁਰਾਨ ਤੇ ਸੁਣਿਆ ਹੀ ਨਹੀਂ, ਤੂੰ ਦੁਨੀਆਂ ਤੇ ਮੇਰੀਆਂ ਗੱਲਾਂ ਨਹੀਂ ਮੰਨੀਆਂ, ਤੂੰ ਦੁਨੀਆਂ ਤੇ ਮੇਰੇ ਕੁਰਾਨ ਤੇ ਅਮਲ ਨਹੀਂ ਕੀਤਾ। ਮੈਂ ਰੱਬ ਨੇ ਅੱਜ ਤੈਨੂੰ ਅੰਨਿਆਂ ਵੀ ਕਰ ਦਿੱਤਾ ਏ, ਤੈਨੂੰ ਗੂੰਗਿਆਂ ਵੀ ਬੋਲਿਆਂ ਵੀ ਕਰ ਛੱਡਿਆ ਏ। ਆ ਮੇਰੇ ਵੀਰ ਅੱਲਾ ਦੀ ਬਾਰਗਾਹ 'ਚ ਤੌਬਾ ਕਰ ਲੈ, ਅੱਲਾ ਸੋਹਣਿਆ ਜਿੰਨੀ ਜ਼ਿੰਦਗੀ ਦਿੱਤੀ ਏ ਅੱਲਾ ਆਪਣਾ ਜ਼ਿਕਰ ਕਰਨੇ ਦੀ ਤੌਫੀਕ ਅਤਾ ਫਰਮਾ, ਅੱਲਾ ਆਪਣੇ ਜ਼ਿਕਰ ਦੀ ਤੌਫੀਕ ਅਤਾ ਫਰਮਾ ਦੇ। ਔਰ ਜ਼ਿਕਰ ਅੱਲਾ ਦੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਜ਼ਿਕਰ ਕਿਹੜਾ ਕਰਨਾ ਹੈ ਜਿਹਦੇ ਨਾਲ ਦਿਲ ਆਬਾਦ ਹੋ ਜਾਏ। ਅੱਲਾ ਦੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਸਾਰਿਆਂ ਜ਼ਿਕਰਾਂ ਤੋਂ ਬਿਹਤਰ ਜ਼ਿਕਰ ਇਹ ਆ, ਤੁਸੀਂ ਉੱਠਦੇ ਆ, ਬਹਿੰਦੇ ਆ, ਤੁਰਦੇ ਆ, ਫਿਰਦੇ ਆ, ਲਾ ਇਲਾਹਾ ਇਲੱਲਾ ਪੜ੍ਹਦੇ ਆ, ਪੜ੍ਹਦੇ ਰਿਹਾ ਕਰੋ ਲਾ ਇਲਾਹਾ ਇਲੱਲਾ। ਔਰ ਅਗਲੀ ਬਾਤ, ਮੇਰੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਈਮਾਨ ਵਾਲਿਓ ਆਪਣੇ ਈਮਾਨ ਨੂੰ ਤਾਜ਼ਾ ਕਰਿਆ ਕਰੋ, ਆਪਣੇ ਈਮਾਨ ਨੂੰ ਤਾਜ਼ਾ ਕਰਿਆ ਕਰੋ। ਸਹਾਬਾ ਇਕਰਾਮ ਅਲੈਹਿਮ ਰਜ਼ਵਾਨ ਨੇ ਅਰਜ਼ ਕੀਤੀ, ਸੋਹਣਿਆ ਮਹਬੂਬਾ ਅਸੀਂ ਆਪਣੇ ਈਮਾਨ ਨੂੰ ਤਾਜ਼ਾ ਕਿਵੇਂ ਕਰੀਏ? ਅੱਜ ਤੂੰ ਕਹਿਣਾ ਮੇਰੇ ਦਿਲ ਨੂੰ ਸਕੂਨ ਹੀ ਨਹੀਂ ਮਿਲਦਾ, ਮੇਰੇ ਦਿਲ ਨੂੰ ਰਾਹਤ ਹੀ ਨਹੀਂ ਮਿਲਦੀ। ਉਹ ਜਦੋਂ ਤੂੰ ਦਿਲ ਦੇ ਵਿੱਚ ਸ਼ੈਤਾਨ ਦਾ ਡੇਰਾ ਲਾਇਆ ਫਿਰ ਸਕੂਨ ਨਹੀਂ ਮਿਲਣਾ, ਰੱਬ ਰਹਿਮਾਨ ਦਾ ਡੇਰਾ ਦਿਲ ਦੇ ਅੰਦਰ ਲਾ ਲੈ, ਜ਼ਿਕਰੋ ਅਜ਼ਕਾਰ ਕਰ ਲੈ, ਅੱਲਾ ਤੇਰੇ ਦਿਲ ਨੂੰ ਵੀ ਆਬਾਦ ਫਰਮਾ ਦੇਗਾ। ਘਰ ਨੂੰ ਆਬਾਦ ਕਰਨ ਵਾਸਤੇ ਅਸੀਂ ਜਨਾਬ ਘਰ ਦੀਆਂ ਸਫਾਈਆਂ ਕਰਨੇ, ਜਾਲੇ ਲਾਉਣੇ ਆ, ਹੈ ਅਸੀਂ ਘਰ ਦੇ ਅੰਦਰ ਜਨਾਬ ਪੇਂਟ ਕਰਵਾਉਂਦੇ ਆ, ਕਲੀਨ ਵਿਛਾਉਂਦੇ ਆ ਕਿ ਜਨਾਬ ਘਰ ਸੋਹਣਾ ਲੱਗੇ, ਤੇ ਰੱਬ ਨੂੰ ਵੀ ਉਹ ਹੀ ਦਿਲ ਸੋਹਣਾ ਲੱਗਦਾ ਜਿਹੜਾ ਲਾ ਇਲਾਹਾ ਇਲੱਲਾ ਇਲੱਲਾ ਨਹੀਂ, ਸ਼ੈਤਾਨ ਨੇ ਡੇਰੇ ਲਾਏ ਨੇ, ਉਹ ਦਿਲ ਮੁਰਦਾ ਹੋ ਜਾਂਦਾ, ਉਹ ਦਿਲ ਜਹੰਨਮ ਦੇ ਅੰਦਰ ਜਾਏਗਾ, ਜੰਨਤ ਦੇ ਅੰਦਰ ਉਹ ਦਿਲ ਜਾਏਗਾ ਜਿਹੜਾ ਲਾ ਇਲਾਹਾ ਇਲੱਲਾ ਦੀਆਂ ਜ਼ਰਬਾਂ ਲਾਉਣ ਵਾਲਾ ਹੋਏਗਾ। ਆਓ ਜ਼ਰਾ ਗੌਰ ਕਰਦੇ ਜਾਣਾ, ਅੱਲਾ ਦੇ ਨਬੀ ਅਲੈਹਿ ਸਲਾਮ ਨੇ ਫਰਮਾਇਆ, ਐ ਮੇਰੇ ਸਹਾਬਾ ਆਪਣੇ ਈਮਾਨ ਨੂੰ ਤਾਜ਼ਿਆਂ ਕਰ ਲਓ, ਆਪਣੇ ਈਮਾਨ ਨੂੰ ਤਾਜ਼ਾ ਕਰ ਲਿਆ ਕਰੋ। ਸਹਾਬਾ ਇਕਰਾਮ ਅਲੈਹਿਮ ਰਜ਼ਵਾਨ ਨੇ ਅਰਜ਼ ਕੀਤੀ, ਸੋਹਣਿਆ ਮਹਿਬੂਬਾ ਅੱਲਾ ਦੇ ਨਬੀ ਜੀ ਈਮਾਨ ਨੂੰ ਤਾਜ਼ਾ ਕਿਵੇਂ ਕੀਤਾ ਜਾਂਦਾ ਹੈ? ਅੱਲਾ ਦੇ ਨਬੀ ਅਲੈਹਿ ਸਲਾਮ ਨੇ ਫਰਮਾਇਆ, ਕਸਰਤ ਦੇ ਨਾਲ ਲਾ ਇਲਾਹਾ ਇਲੱਲਾ ਪੜਿਆ ਕਰੋ, ਅੱਲਾ ਤੁਹਾਡਾ ਈਮਾਨ ਤਾਜ਼ਾ ਕਰ ਦੇਗਾ। ਤੇ ਅੱਜ ਦਾ ਮੁਸਲਮਾਨ ਕਿੱਡਾ ਬਦਬਖਤ ਹੈ ਨਾ, ਅੱਜ ਦਾ ਨੌਜਵਾਨ ਜਨਾਬ ਆਪਣੀ ਜਵਾਨੀ ਨੂੰ ਗਾਲੀ ਜਾਂਦਾ ਏ, ਇਹ ਜਨਾਬ ਅੱਗੋਂ ਜਵਾਬ ਦਿੰਦਾ ਜਦੋਂ ਮੈਂ ਫਲਾਨਾ ਗਾਣਾ ਸੁਣਦਾ ਮਾਂ, ਇਹ ਜਨਾਬ ਮੇਰਾ ਦਿਲ ਤਰੋ ਤਾਜ਼ਾ ਹੋ ਜਾਂਦਾ ਏ, ਇਹ ਜ਼ਾਲਮਾ ਦਿਲ ਤਰੋ ਤਾਜ਼ਾ ਨਹੀਂ ਹੁੰਦਾ, ਗਾਣਿਆਂ ਦੇ ਨਾਲ ਦਿਲ ਤਰੋ ਤਾਜ਼ਾ ਨਹੀਂ ਹੁੰਦਾ, ਕਵਾਲੀਆਂ ਦੇ ਨਾਲ ਦਿਲ ਤਰੋ ਤਾਜ਼ਾ ਨਹੀਂ ਹੁੰਦਾ। ਅਗਰ ਦਿਲ ਨੂੰ ਤਰੋ ਤਾਜ਼ਾ ਕਰਨਾ ਈ ਤੇ ਰੱਬ ਦੇ ਕੁਰਾਨ ਤੇ ਰੱਬ ਦੇ ਜ਼ਿਕਰ ਨਾਲ ਤਰੋ ਤਾਜ਼ਾ ਕਰਾਇਆ ਕਰ। ਯਾਰ ਇੱਥੇ ਕਿਸੇ ਨੇ ਬਹਿ ਰਹਿਣਾ?
ਕਿਸੇ ਦੀ ਮਜਾਲ ਹੈ, ਇੱਥੇ ਪੱਕਾ ਡੇਰਾ ਨਾਲ ਹੈ। ਉਹ ਇੱਥੇ ਕਈ ਚੌਧਰੀ ਆਏ, ਕਈ ਗਵਈਏ ਆਏ ਜਿਹੜੇ ਇਸ ਦੁਨੀਆਂ ਤੋਂ ਟੁਰ ਗਏ। ਸ਼ਾਇਰ ਨੇ ਕਿੱਡਾ ਖੂਬ ਜੁਮਲਾ ਕਹਿ ਦਿੱਤਾ, ਇਹ ਦੁਨੀਆ ਇੱਕ ਚੱਕੀ ਯਾਰੋ ਤੇ ਅਸੀਂ ਤੁਸੀਂ ਸਭ ਦਾਣੇ। ਇਹ ਦੁਨੀਆ ਇੱਕ ਚੱਕੀ ਯਾਰੋ ਤੇ ਅਸੀਂ ਤੁਸੀਂ ਸਭ ਦਾਣੇ ਤੇ ਵਾਰੋ ਵਾਰੀ ਹੋਏ ਸਭ ਨੇ ਜਾਣਾ ਤੇ ਕੀ ਰਾਜੇ ਕੀ ਰਾਣੇ ਤੇ ਸਦਾ ਕਿਸੇ ਨਹੀਂ ਹੋਏ ਇੱਥੇ ਰਹਿਣਾ ਉਹ ਸਦਾ ਕਿਸੇ ਨਹੀਂ ਹੋਏ ਇੱਥੇ ਰਹਿਣਾ ਤੇ ਸਭ ਦਾ ਦੂਰ ਟਿਕਾਣਾ ਤੇ ਤਨ ਇੱਕ ਪਿੰਜਰਾ ਹੋਏ ਤਨ ਇੱਕ ਪਿੰਜਰਾ ਤੇ ਰੋ ਪੰਛੀ ਤੇ ਪੰਛੀ ਨੇ ਉੱਡ ਜਾਣਾ। ਇਹ ਆ ਤਨ ਇਹ ਰੂਹ ਇੱਕ ਤੇ ਨਿਕਲ ਜਾਣੀ ਹੈ, ਉਹ ਰੱਬ ਨੂੰ ਜਵਾਬ ਦੇਣਾ ਤੂੰ। ਤੇ ਜਦੋਂ ਤੂੰ ਦੁਨੀਆਂ ਤੋਂ ਜਾਏ ਅੱਲਾ ਦਾ ਜ਼ਿਕਰ ਕਰਦਿਆਂ ਹੋਇਆਂ, ਅੱਲਾ ਨੂੰ ਯਾਦ ਕਰਦਿਆਂ ਹੋਇਆਂ, ਹੈ ਜਦੋਂ ਤੁਹਾਡੇ ਦਿਲ ਦੇ ਅੰਦਰ ਅੱਲਾ ਦਾ ਜ਼ਿਕਰ ਹੋਏਗਾ, ਦਿਲ ਨਰਮ ਹੋਏਗਾ, ਦਿਲ ਰੱਬ ਵੱਲ ਜਾਏਗਾ, ਰੱਬ ਵੱਲ ਦਿਲ ਦੀ ਰਗਬਤ ਹੋਏਗੀ। ਜਦੋਂ ਦਿਲ ਦੇ ਨਾਲ ਹਰ ਵੇਲੇ ਸੋਚਾਂ ਹੀ ਬੁਰੀਆਂ ਸੋਚੀ ਜਾਣੀਆਂ ਨੇ ਤੇ ਜਦੋਂ ਦਿਲ ਕਾਲਾ ਹੋ ਜਾਏ, ਕਾਲਾ ਹੋ ਜਾਏ ਤੇ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਤੁਹਾਨੂੰ ਤੇ ਮੈਨੂੰ ਦੱਸਿਆ ਕਿ ਦਿਲ ਨੂੰ ਨਰਮ ਕਿਵੇਂ ਕਰਨਾ ਹੈ, ਦਿਲ ਨੂੰ ਸਫੇਦ ਕਿਵੇਂ ਕਰਨਾ ਹੈ। ਅੱਲਾ ਦੇ ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਕਿ ਜਦੋਂ ਦਿਲ ਕਾਲਾ ਹੋ ਜਾਏ, ਦਿਲ ਸਖਤ ਹੋ ਜਾਏ ਤੇ ਫਿਰ ਯਤੀਮਾਂ ਦੇ ਨਾਲ ਪਿਆਰ ਕਰਿਆ ਕਰ। ਕਿਹਨਾਂ ਦੇ ਨਾਲ ਪਿਆਰ ਕਰਿਆ ਕਰ? ਯਤੀਮਾਂ ਦੇ ਨਾਲ ਪਿਆਰ ਕਰਿਆ ਕਰ, ਅੱਲਾ ਤੇਰੇ ਦਿਲ ਨੂੰ ਨਰਮ ਕਰ ਦੇਗਾ। ਸਹਾਬਾ ਇਕਰਾਮ ਨੇ ਪੁੱਛਿਆ, ਸੋਹਣਿਆ ਮਹਬੂਬਾ, ਦਿਲ ਨਰਮ ਕਿਵੇਂ ਹੋਏਗਾ ਯਤੀਮਾਂ ਦੇ ਨਾਲ? ਆਓ ਜ਼ਰਾ ਗੌਰ ਕਰਨਾ, ਆਓ ਮੁਸਲਮਾਨੋ ਜ਼ਰਾ ਗੌਰ ਕਰਦੇ ਜਾਣਾ। ਇਹ ਜਿਨ੍ਹਾਂ ਦੇ ਦਿਲ ਸਖਤ ਹੋ ਗਏ, ਜਿਨ੍ਹਾਂ ਦੇ ਦਿਲ ਇੰਨੇ ਸਖਤ ਹੋ ਗਏ, ਇਹ ਮਸਜਿਦ ਵੱਲ ਮੂੰਹ ਕਰਨ ਨੂੰ ਦਿਲ ਨਹੀਂ ਕਰਦਾ, ਤੇ ਮੇਰੇ ਆ ਵੀਰਾ ਯਤੀਮਾਂ ਨਾਲ ਪਿਆਰ ਕਰਿਆ ਕਰ, ਯਤੀਮਾਂ ਨਾਲ ਮੁਹੱਬਤਾਂ ਕਰਿਆ ਕਰ। ਜਦੋਂ ਤੂੰ ਯਤੀਮਾਂ ਨਾਲ ਪਿਆਰ ਕਰੇਗਾ, ਯਤੀਮਾਂ ਦੇ ਨਾਲ ਮੁਹੱਬਤਾਂ ਕਰੇਗਾ, ਅੱਲਾ ਤੇਰੇ ਦਿਲ ਨੂੰ ਨਰਮ ਕਰ ਦੇਗਾ। ਸਹਾਬਾ ਇਕਰਾਮ ਅਲੈਹਿ ਰਿਜ਼ਵਾਨ ਨੇ ਸਵਾਲ ਕੀਤਾ, ਅੱਲਾ ਦੇ ਨਬੀ ਜੀ, ਯਤੀਮਾਂ ਨਾਲ ਪਿਆਰ ਕਰਿਆ ਕਿਵੇਂ ਦਿਲ ਨਰਮ ਹੋਏਗਾ? ਤੇ ਮੇਰੇ ਪੈਗੰਬਰੇ ਕਾਇਨਾਤ ਨੇ ਫਰਮਾਇਆ, ਆ ਜਦੋਂ ਤੂੰ ਯਤੀਮਾਂ ਦੇ ਨਾਲ ਪਿਆਰ ਕਰਨਾ ਵੇ, ਯਤੀਮ ਦਾ ਦਸਤਰਖਾਨ ਲਗਾ ਲਿਆ ਕਰ। ਇਹ ਜਿਹੜਾ ਤੈਨੂੰ ਯਤੀਮ ਨਜ਼ਰ ਆਵੇ, ਉਹ ਜਿਹਦਾ ਬਾਪ ਦਾ ਸਾਇਆ ਉੱਠ ਜਾਏ, ਉਹ ਜਿਹਦਾ ਬਾਪ ਤੇ ਦੁਨੀਆਂ
ਦੁਨੀਆ ਤੇ ਨਜ਼ਰ ਨਾ ਆਵੇ, ਉਹਨੂੰ ਜਨਾਬ ਆਪਣੇ ਦਸਤਰਖਾਨ ਤੇ ਬੁਲਾਇਆ ਕਰ। ਜਿੱਦੀ ਅੰਮਾ ਦੁਨੀਆ ਤੋਂ ਟੁਰ ਜਾਏ ਉਹਨੂੰ ਦਸਤਰਖਾਨ ਤੇ ਬੁਲਾਇਆ ਕਰ। ਇਹ ਯਤੀਮਾਂ ਦੇ ਨਾਲ ਪਿਆਰ ਤੇ ਮੁਹੱਬਤ ਕਰਿਆ ਕਰ, ਯਤੀਮਾਂ ਦੀਆਂ ਦਾਵਤਾਂ ਕਰਿਆ ਕਰ। ਆ ਤੇਰਾ ਤੇ ਮੇਰਾ ਮਾਸ਼ਰਾ ਕੈਸਾ ਮਾਸ਼ਰਾ ਏ ਨਾ, ਅੱਜ ਅਸੀਂ ਜਨਾਬ ਫਲਾਨੇ ਦਾ ਬਾਪ ਟੁਰ ਗਿਆ, ਉਹਦੇ ਸਿਰ ਤੇ ਸਾਈ ਕੋਈ ਨਹੀਂ, ਉਹਦੇ ਨਾਲ ਤਲਕ ਖਤਮ ਕਰ ਦਿਓ, ਉਹਦੇ ਨਾਲ ਰਿਸ਼ਤਿਆਂ ਨੂੰ ਤੋੜ ਦਿਓ, ਉਹਦੇ ਨਾਲ ਨਾਤਿਆਂ ਨੂੰ ਤੋੜ ਦਿਓ, ਉਹਦੇ ਪੱਲੇ ਹੀ ਕੱਖ ਨਹੀਂ। ਅੱਲਾ ਦੇ ਨਬੀ ਨੇ ਫਰਮਾਇਆ ਅਗਲ ਦਿਲ ਨੂੰ ਨਰਮ ਕਰਨਾ ਏ, ਦਿਲ ਨੂੰ ਨਰਮ ਕਰਨ ਵਾਸਤੇ ਯਤੀਮਾਂ ਦੀਆਂ ਦਾਵਤਾਂ ਕਰਿਆ ਕਰ, ਯਤੀਮਾਂ ਨਾਲ ਪਿਆਰ ਕਰਿਆ ਕਰ। ਜਦੋਂ ਯਤੀਮ ਦੇ ਨਾਲ ਦਸਤਰਖਾਨ ਤੇ ਬੈਠ ਜਾਏ, ਦਸਤਰਖਾਨ ਤੇ ਬਹਿ ਕੇ ਉਹਨੂੰ ਸਵਾਲ ਕਰਿਆ ਕਰ, ਉਹ ਤੇਰਾ ਬਾਪ ਦੁਨੀਆਂ ਤੋਂ ਟੁਰ ਗਿਆ, ਤੇਰਾ ਬਾਬਾ ਤੈਨੂੰ ਨਜ਼ਰ ਨਹੀਂ ਆਉਂਦਾ, ਮੇਰੇ ਅਵੀਰਾ ਤੇਰੀ ਅੰਮਾ ਨਜ਼ਰ ਨਹੀਂ ਆਉਂਦੀ, ਤੇ ਜ਼ਰਾ ਦੱਸਣਾ ਤੇਰਾ ਦਿਨ ਕਿਵੇਂ ਗੁਜ਼ਰਦਾ ਏ, ਉਹ ਤੇਰੀਆਂ ਰਾਤਾਂ ਕਿਵੇਂ ਗੁਜ਼ਰਦੀਆਂ ਨੇ, ਤੂੰ ਬਾਪ ਦੀਆਂ ਸ਼ਫਕਤਾਂ ਕਿਵੇਂ ਵਸੂਲ ਕਰਦਾ ਏ। ਮੁਸਲਮਾਨਾਂ, ਜਦੋਂ ਬਾਪ ਦੁਨੀਆਂ ਤੋਂ ਜਾਂਦਾ ਏ ਨਾ, ਜਿਹੜੇ ਮੇਰੇ ਵੀਰ ਇੱਥੇ ਬੈਠੇ ਨੇ, ਬਚਪਨ ਦੇ ਅੰਦਰ ਜਦੋਂ ਬਾਪ ਦੁਨੀਆਂ ਤੋਂ ਟੁਰ ਜਾਂਦਾ ਏ, ਖੁਦਾ ਦੀ ਕਸਮ ਔਲਾਦਾਂ ਘਰੋਂ ਬੇਕਾਰ ਹੋ ਜਾਂਦੀਆਂ ਨੇ, ਔਲਾਦਾਂ ਦਰ ਦਰ ਦੀਆਂ ਠੋਕਰਾਂ ਖਾਂਦੀਆਂ ਨੇ। ਅੱਲਾ ਦੇ ਨਬੀ ਨੇ ਫਰਮਾਇਆ ਅਗਰ ਦਿਲ ਨਰਮ ਕਰਨਾ ਹੋਵੇ, ਯਤੀਮਾਂ ਨਾਲ ਪਿਆਰ ਕਰਿਆ ਕਰ। ਜਦੋਂ ਤੂੰ ਯਤੀਮਾਂ ਨਾਲ ਪਿਆਰ ਕਰੇਗਾ, ਮਸਕੀਨਾਂ ਨੂੰ ਖਾਣਾ ਖਿਲਾਏਗਾ, ਅੱਲਾ ਤੇਰੇ ਦਿਲ ਨੂੰ ਨਰਮ ਕਰ ਦੇਗਾ। ਮਗਰ ਸਾਡਾ ਮਾਸ਼ਰਾ, ਅੱਲਾ ਦੀ ਕਸਮ, ਅਸੀਂ ਉਹਦੇ ਨਾਲ ਪਿਆਰ ਕਰਦੇ ਹਾਂ, ਅਸੀਂ ਉਸ ਬੰਦੇ ਨਾਲ ਮੁਹੱਬਤਾਂ ਕਰਦੇ ਹਾਂ ਜਿਹੜਾ ਜਨਾਬ ਬੜਾ ਦੌਲਤਮੰਦ ਹੋਵੇ, ਜਿਹਦੇ ਕੋਲ ਬੜਾ ਮਾਲੋ ਮਤਾ ਹੋਵੇ। ਮਾਲੋ ਮਤਾ ਨਾਲ ਤੇ ਹਰ ਬੰਦਾ ਪਿਆਰ ਕਰਨ ਵਾਲਾ ਏ, ਪਿਆਰ ਕਰਨਾ ਹੀ ਤੇ ਯਤੀਮਾਂ ਨਾਲ ਪਿਆਰ ਕਰਿਆ ਕਰ। ਜਦੋਂ ਯਤੀਮਾਂ ਨਾਲ ਪਿਆਰ ਕਰੇਗਾ, ਅੱਲਾ ਵੀ ਰਾਜ਼ੀ ਹੋ ਜਾਏਗਾ। ਆਓ ਜਰਾ ਤੀਸਰੀ ਬਾਤ ਸੁਣਦੇ ਜਾਣਾ, ਜਿਹੜਾ ਬੰਦਾ ਅੱਲਾ ਦਾ ਜ਼ਿਕਰ ਕਰਨ ਵਾਲਾ, ਜਿਹੜਾ ਬੰਦਾ ਅੱਲਾ ਨੂੰ ਯਾਦ ਕਰਨ ਵਾਲਾ ਏ। ਆਓ ਜਰਾ ਸੈਯਦਨਾ ਅਬੂ ਹੁਰੈਰਾ ਰਜ਼ੀ ਅੱਲਾਹੁ ਇਮਾਮੁਲ ਮੁਹੱਦਿਸੀ, ਤੁਸੀਂ ਕੋਈ ਹਦੀਸ ਦੀ ਕਿਤਾਬ ਉਠਾ ਲਓ, ਕੋਈ ਹਦੀਸ ਦੀ ਕਿਤਾਬ ਉਠਾ ਲਓ, ਜਦੋਂ ਹਦੀਸ ਦਾ ਜ਼ਖੀਰਾ ਅੱਖਾਂ ਦੇ ਅੱਗੇ ਆਉਂਦਾ ਹੈ ਨਾ, ਤੇ ਮੇਰੇ ਨਬੀ ਦੇ ਦੀਵਾਨੇ ਅਬੂ ਹੁਰੈਰਾ ਦਾ ਨਾਮ ਪਹਿਲੋ ਹੁੰਦਾ ਹੈ। ਇਮਾਮੁਲ ਮੁਹੱਦਿਸੀਨ ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨਹੁ ਫਰਮਾਉਂਦੇ ਨੇ, ਅੱਲਾ ਦੇ ਨਬੀ ਅਲੈਹਿ ਸਲਾਤੋ ਸਲਾਮ ਨੇ ਫਰਮਾਇਆ, ਆ ਜ਼ਰਾ ਮੈਂ ਆਖਰੀ ਹਦੀਸ ਪੇਸ਼ ਕਰਕੇ ਇਜਾਜ਼ਤ ਚਾਹਾਂਗਾ। ਅੱਜ ਤੂੰ ਮੇਰੇ ਅਵੀਰਾ ਅਗਰ ਜ਼ਿਕਰ ਤੋਂ ਦੂਰ ਏ, ਅੱਜ ਅਗਰ ਤੇਰਾ ਦਿਲ ਜਨਾਬੇ ਵਾਲਾ ਰਾਤ ਨੂੰ ਨੀਂਦਰਾਂ ਨਹੀਂ ਆਉਂਦੀਆਂ, ਤੈਨੂੰ ਸਕੂਨ ਨਹੀਂ ਮਿਲਦਾ, ਦੁਪਹਿਰ ਨੂੰ ਚੈਨ ਨਹੀਂ ਆਉਂਦਾ, ਅਗਰ ਦਿਲਾਂ ਦਾ ਸਕੂਨ ਚਾਹੁੰਦੇ ਹੋ, ਅਗਰ ਦਿਲਾਂ ਨੂੰ ਜਨਾਬੇ ਵਾਲਾ ਆਰਾਮ ਚਾਹੁੰਦੇ ਹੋ, ਇਹ ਜਨਾਬ ਸਾਰੀ ਰਾਤ ਹੋ ਗਈ, ਇੱਕ ਬੰਦਾ ਉੱਠਿਆ ਡਾਕਟਰ ਦੇ ਕੋਲ, ਅੱਧੀ ਰਾਤ ਦਾ ਵੇਲਾ ਇਹ ਚਲਾ ਜਾਂਦਾ ਹੈ, ਡਾਕਟਰ ਸਾਹਿਬ ਰਾਤ ਦੇ 12 ਵਜੇ ਨੇ, ਮੈਨੂੰ ਨੀਂਦ ਨਹੀਂ ਆ ਰਹੀ, ਮੈਨੂੰ ਸਕੂਨ ਨਹੀਂ ਮਿਲ ਰਿਹਾ, ਆ ਵੇਖਣਾ ਹਸਪਤਾਲ ਭਰੇ ਹੋਏ ਨੇ, ਕਿਤੇ ਕਾੜੇ ਆਲੂ ਜੀ ਦੇ ਅੰਦਰ, ਕਿਤੇ ਸਿਵਲ ਦੇ ਅੰਦਰ, ਅਲਾਇਡ ਦੇ ਅੰਦਰ, ਇਹ ਜਨਾਬ ਕਰੋੜਾਂ ਪਤੀ ਬੰਦਾ ਏ, ਇਹ ਦਰਵਾਜ਼ੇ
ਦਰਵਾਜ਼ੇ ਤੇ ਪਹੁੰਚਦਾ ਏ, ਲੈਮੋਜ਼ੀਨ ਚੋਂ ਪਿਆ ਉਤਰਦਾ ਏ, ਕਿਤੇ ਪਰਾਡੋ ਚੋਂ ਉਤਰਦਾ ਏ, ਕਿਤੇ ਸਵਿਕ ਚੋਂ ਉਤਰਦਾ ਏ, ਕਿਤੇ ਕਰੋਲਾ ਚੋਂ ਉਤਰਦਾ ਏ। ਇਹ ਜਨਾਬ ਨਾ ਕੱਪੜੇ ਮੈਲੇ ਨੇ, ਨਾ ਇਹਦੇ ਚਿਹਰੇ ਦੇ ਉੱਤੇ ਕੋਈ ਸਿਆਹੀ ਨਜ਼ਰ ਆ ਰਹੀ ਏ। ਇਹਨੇ ਜਨਾਬੇ ਵਾਲਾ ਜੇਬ ਚੋਂ ਮਾਲ ਦੀ ਦੱਥੀ ਕੱਢੀ ਏ, ਹਜ਼ਾਰ ਹਜ਼ਾਰ ਦੇ ਨੋਟ ਕੱਢੇ ਨੇ, ਦਿੱਤੇ ਓ ਮੇਰੀ ECG ਕਰ ਦਿਓ। ਇਹ ਡਾਕਟਰ ਦੇ ਕੋਲ ਚਲਾ ਜਾਂਦਾ ਏ, ਮਾਜ਼ਰਤ ਦੇ ਨਾਲ ਮੇਰੇ ਆ ਵੀਰਾ ਗੌਰ ਕਰਦਾ ਜਾ, ਇਹ ਸਾਰੀਆਂ ਦਵਾਈਆਂ ਜਿਸਮਾਨੀ ਨੇ, ਅਗਰ ਤੂੰ ਆਪਣੀ ਰੂਹ ਨੂੰ ਗਦਾ ਦੇਣਾ ਚਾਹਨਾ ਏ, ਆਪਣੇ ਦਿਲ ਨੂੰ ਅੱਲਾ ਦੀ ਬਾਰਗਾਹ ਦੇ ਅੰਦਰ ਪੇਸ਼ ਕਰਨਾ ਚਾਹਨਾ ਏ, ਇਹ ਦੁਨੀਆਂ ਦੀਆਂ ਦਵਾਈਆਂ ਦੁਨੀਆਂ ਤੇ ਰਹਿ ਜਾਣੀਆਂ ਨੇ, ਇਹ ਦੁਨੀਆਂ ਦੀਆਂ ਦਵਾਈਆਂ ਤੇਰਾ ਜਿਸਮ ਠੀਕ ਕਰਦੀਆਂ ਨੇ। ਇਹ ਜਿਹੜੀ ਦਿਲ ਦੀ ਦਵਾਈ, ਰੂਹਾਨੀ ਦਵਾਈ, ਰੱਬ ਦੇ ਜ਼ਿਕਰ ਚ ਤੇ ਕੁਰਾਨ ਚ ਲੱਭਣੀ। ਅਗਰ ਤੈਨੂੰ ਰੂਹ ਨੂੰ ਤਾਜ਼ਗੀ ਚਾਹੀਦੀ ਏ, ਅਗਰ ਦਿਲ ਨੂੰ ਸਕੂਨ ਚਾਹੀਦਾ ਏ, ਤੇ ਅੱਲਾ ਦਾ ਜ਼ਿਕਰ ਕਰਿਆ ਕਰ। ਅੱਲਾ ਦਾ ਜ਼ਿਕਰ ਕਰੇਗਾ, ਰੱਬ ਤੇਰੇ ਦਿਲ ਨੂੰ ਤਸਕੀਨ ਦੇ ਦੇਗਾ। ਇਹ ਜਨਾਬ ਡਾਕਟਰ ਦੇ ਕੋਲ ਜਾਂਦਾ, ਡਾਕਟਰ ਜੀ ਅੱਧੀ ਰਾਤ ਲੰਘ ਗਈ ਏ, ਮੈਨੂੰ ਸਕੂਨ ਨਹੀਂ ਮਿਲਦਾ। ਡਾਕਟਰ ਜਨਾਬ ਨੀਂਦ ਦੀਆਂ ਦਵਾਈਆਂ ਦੇ ਦਿੰਦਾ ਏ, ਇਹ ਦਵਾਈ ਇੱਕ ਦਿਨ ਅਸਰ ਕਰਦੀ ਏ, ਦੋ ਦਿਨ ਅਸਰ ਕਰਦੀ ਏ, ਮਗਰ ਰੱਬ ਦਾ ਕੁਰਾਨ ਦੁਨੀਆਂ ਤੇ ਵੀ ਅਸਰ ਕਰਦਾ ਏ, ਕਬਰ ਦੇ ਅੰਦਰ ਵੀ ਅਸਰ ਕਰਦਾ ਹੈ। ਇਹ ਰੱਬ ਦੇ ਕੁਰਾਨ ਦੀਆਂ ਤਾਕਤਾਂ, ਅੱਲਾ ਦੇ ਜ਼ਿਕਰ ਦੀਆਂ ਤਾਕਤਾਂ ਨੇ। ਆ ਜ਼ਰਾ ਮੈਂ ਤੈਨੂੰ ਦੱਸਾਂ ਕਿ ਜ਼ਿਕਰ ਦੀਆਂ ਤਾਕਤਾਂ ਕੀ ਨੇ, ਇਹ ਜ਼ਿਕਰ ਦਾ ਅਜਰ ਕੀ ਹੈ, ਇਹ ਜ਼ਿਕਰ ਦੀਆਂ ਕੀ ਬੁਲੰਦੀਆਂ ਨੇ, ਇਹ ਜ਼ਿਕਰ ਦਾ ਮੁਕਾਮ ਅੱਲਾ ਨੇ ਕੀ ਰੱਖਿਆ ਹੈ। ਮੇਰੇ ਇਮਾਮੁਲ ਅੰਬੀਆ ਜਨਾਬੇ ਮੁਹੰਮਦੁਰ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਅੱਲਾਹ ਦੇ ਫਰਿਸ਼ਤੇ ਆਸਮਾਨਾਂ ਤੋਂ ਉਤਰਦੇ ਨੇ, ਇਹ ਗਲੀਆਂ ਦੇ ਅੰਦਰ ਫੈਲ ਜਾਂਦੇ ਨੇ, ਇਹ ਬਾਜ਼ਾਰਾਂ ਦੇ ਅੰਦਰ ਫੈਲ ਜਾਂਦੇ ਨੇ, ਇਹ ਜਨਾਬੇ ਵਾਲਾ ਮਹਿਫਲਾਂ ਲੱਭਦੇ ਨੇ ਜਿੱਥੇ ਅੱਲਾਹ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਆ ਸਿੱਧੂਪੁਰੇ ਦੇ ਅੰਦਰ ਰਹਿਣ ਵਾਲੇ ਆ ਜਵਾਨਾਂ, ਆਪਣੀ ਬੈਠਕ ਦੇ ਅੰਦਰ ਮਹਿਫਲਾਂ ਸਜਾਉਣ ਵਾਲੇ ਆ, ਆਪਣੇ ਚੌਕਾਂ ਦੇ ਅੰਦਰ ਬਗੈਰਤੀ ਦੀਆਂ ਮਹਿਫਲਾਂ ਸਜਾਉਣ ਵਾਲੇ ਆ, ਆਪਣੇ ਘਰਾਂ ਦੇ ਅੰਦਰ ਕੰਜਰਖਾਨਾ ਕਰਵਾਉਣ ਵਾਲੇ ਆ। ਇਹ ਜਿੱਥੇ ਜਨਾਬ ਡਾਂਸ ਕੀਤਾ ਜਾਂਦਾ ਹੈ, ਜਿੱਥੇ ਡਾਂਸ ਕਰਵਾਇਆ ਜਾਂਦਾ ਹੈ, ਇਹ ਕੀ ਹੋ ਰਿਹਾ, ਮਹਿੰਦੀ ਦੀ ਰਸਮ ਵੀ ਚੱਲਦੀ ਹੈ, ਕੰਜਰਾਂ ਨੂੰ ਬੁਲਾ ਲਓ, ਖੁਸਰਿਆਂ ਨੂੰ ਬੁਲਾ ਲਓ, ਇਹ ਕਵਾਲੀਆਂ ਕਰਵਾ ਲਓ। ਆ ਜਰਾ ਮੇਰੀ ਬਾਤ ਗੌਰ ਨਾਲ ਸੁਣਦਾ ਜਾਈ, ਇਹ ਜਿੱਥੇ ਗਾਣਾ ਗਾਇਆ ਜਾਂਦਾ ਹੈ ਨਾ, ਜਿੱਥੇ ਜਨਾਬ ਸ਼ੈਤਾਨ ਦਾ ਜ਼ਿਕਰ ਕੀਤਾ ਜਾਂਦਾ ਹੈ, ਉੱਥੇ ਅੱਲਾ ਦੀ ਰਹਿਮਤ ਨਹੀਂ ਬਲਕਿ ਅੱਲਾ ਦੀ ਲਾਨਤ ਦਾ ਨਜ਼ੂਲ ਆਉਂਦਾ ਹੈ। ਉੱਥੇ ਸਿਆਮਤਾਂ ਆਉਂਦੀਆਂ ਨੇ, ਉੱਥੇ ਬਿਮਾਰੀਆਂ ਆਉਂਦੀਆਂ ਨੇ, ਤੇ ਜਿੱਥੇ ਰੱਬ ਦਾ ਜ਼ਿਕਰ ਕੀਤਾ ਜਾਏ, ਉੱਥੇ ਅੱਲਾ ਦੀ ਰਹਿਮਤ ਦਾ ਨਜ਼ੂਲ ਅੱਲਾ ਦੀ ਰਹਿਮਤ ਦਾ ਨਜ਼ੂਲ ਹੁੰਦਾ ਹੈ। ਇਹ ਜਨਾਬ ਜਦੋਂ ਫਰਿਸ਼ਤੇ ਫੈਲ ਜਾਂਦੇ ਨੇ, ਚੰਦ ਫਰਿਸ਼ਤੇ ਇੱਕ ਗਲੀ ਦੇ ਅੰਦਰ ਜਾਂਦੇ ਨੇ, ਜਾ ਕਰਕੇ ਵੇਂਦੇ ਨੇ ਫਲਾਣੇ ਦੇ ਘਰ ਦੇ ਅੰਦਰ, ਇਹ ਜਨਾਬ ਅੱਲਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇੱਕ ਕਰਨ ਵਾਲਾ ਅੱਲਾ ਦੀ ਸੁਨਾਹ ਬਿਆਨ ਪਿਆ ਕਰਦਾ ਹੈ, ਉਹ ਤਿਲਾਵਤਾਂ ਕਰਦਾ ਹੈ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਰ-ਰਹਿਮਾਨ ਅਲਮਲ ਕੁਰਆਨ ਅਰ-ਰਹਿਮਾਨ ਅਲਮਲ ਕੁਰਆਨ ਅਲਮਹੁਲ ਬਿਆਨ। ਇਹ ਜਨਾਬ ਕਿਤੇ ਕੁਰਾਨ ਪੜਿਆ ਜਾ ਰਿਹਾ ਹੈ, ਇੱਕ ਫਰਿਸ਼ਤਾ ਦੂਜਿਆਂ ਨੂੰ ਆਵਾਜ਼ ਦਿੰਦਾ, ਆ ਜਾਓ ਆ ਜਾਓ ਆ ਜਾਓ ਫਲਾਂ ਦੇ ਘਰ
ਘਰ ਦੇ ਅੰਦਰ ਅੱਲਾ ਦਾ ਜ਼ਿਕਰ ਕੀਤਾ ਜਾ ਰਿਹਾ ਏ। ਉਹ ਦੁਆ ਕਰ ਅੱਲਾ ਸਾਨੂੰ ਵੀ ਆਪਣਾ ਜ਼ਿਕਰ ਕਰਨੇ ਦੀ ਤੌਫੀਕ ਅਤਾ ਫਰਮਾ ਦੇ। ਅੱਜ ਜਿਹੜੀਆਂ ਯਾਰਾਂ ਬੇਲੀਆਂ 'ਚ ਬਹਿ ਕੇ ਤੂੰ ਜਦੋਂ ਦੂਸਰਿਆਂ ਨੂੰ ਦੱਸਦਾ ਏ ਉਹ ਫਲਾਨੀ ਮੂਵੀ ਨਵੀਂ ਆਈ, ਉਹ ਸ਼ਾਹਰੁਖ ਖਾਨ ਦੀ ਮੂਵੀ ਨਵੀਂ ਆਈ, ਸਲਮਾਨ ਖਾਨ ਦੀ ਮੂਵੀ ਨਵੀਂ ਆਈ, ਇਹ ਸ਼ਾਨ ਦੀ ਮੂਵੀ ਨਵੀਂ ਆਈ, ਨਾ ਮੇਰੇ ਆ ਵੀਰਾ ਆਪਣੀ ਜ਼ੁਬਾਨ 'ਚੋਂ ਜਦੋਂ ਵੀ ਗੱਲ ਕਰਦਾ ਏ ਚੰਗੀ ਗੱਲ ਕੱਢਿਆ ਕਰ। ਇਹ ਜਨਾਬ ਦਿਲ ਦੇ ਅੰਦਰ ਜਦੋਂ ਵੀ ਖਿਆਲ ਆਵੇ ਰੱਬ ਦਾ ਖਿਆਲ ਲੈ ਕਰਕੇ ਆਇਆ ਕਰ। ਜਿਹੜਾ ਬੰਦਾ ਅੱਲਾ ਦਾ ਜ਼ਿਕਰ ਕਰਨ ਵਾਲਾ ਅੱਲਾ ਨੂੰ ਵੀ ਪਿਆਰਾ ਲੱਗਦਾ ਏ, ਅੱਲਾ ਨੂੰ ਵੀ ਬੜਾ ਸੋਹਣਾ ਤੇ ਚੰਗਾ ਲੱਗਦਾ ਏ। ਉਹ ਮੇਰਿਆ ਨੌਜਵਾਨ ਵੀਰਾ ਜ਼ਰਾ ਗੌਰ ਕਰਦਾ ਜਾ, ਜਦੋਂ ਆਪਣੀ ਬੈਠਕ ਦੇ ਅੰਦਰ ਬਹਿ ਜਾਏ ਜਾਂ ਕੁਰਾਨ ਦਾ ਜ਼ਿਕਰ ਕਰਿਆ ਕਰ ਜਾਂ ਹਦੀਸ ਦਾ ਜ਼ਿਕਰ ਕਰਿਆ ਕਰ। ਇਹ ਜ਼ਿਕਰ ਦੀਆਂ ਬੜੀਆਂ ਬਰਕਤਾਂ, ਬੜੀਆਂ ਫਜ਼ੀਲਤਾਂ, ਬੜੀਆਂ ਅਜ਼ਮਤਾਂ ਤੇ ਬੜੀਆਂ ਸ਼ਾਨਾਂ ਨੇ ਨਾ। ਇਹ ਫਰਿਸ਼ਤੇ ਜਨਾਬ ਉਹਨਾਂ ਨੂੰ ਆਵਾਜ਼ ਦਿੰਦੇ ਨੇ ਓਏ ਇੱਧਰ ਆ ਜਾਓ, ਅੱਗੋਂ ਸਵਾਲ ਕਰਨ ਵਾਲੇ ਦੂਸਰੇ ਫਰਿਸ਼ਤੇ ਸਵਾਲ ਕਰਦੇ ਨੇ ਇੱਧਰ ਕੀ ਹੈ। ਫਰਿਸ਼ਤੇ ਜਵਾਬ ਦਿੰਦੇ ਨੇ ਅਸੀਂ ਆਸਮਾਨੋਂ ਜੋ ਲੱਭਣ ਆਇਆ ਉਹ ਇੱਥੇ ਪਿਆ ਹੁੰਦਾ ਹੈ, ਇੱਥੇ ਪਿਆ ਹੁੰਦਾ ਹੈ, ਕੀ ਪਿਆ ਆਉਂਦਾ ਹੈ। ਫਰਿਸ਼ਤੇ ਜਵਾਬ ਦਿੰਦੇ ਨੇ ਇੱਥੇ ਬੰਦੇ ਅੱਲਾ ਦਾ ਜ਼ਿਕਰ ਪੈ ਕਰਦੇ ਨੇ, ਅੱਲਾ ਨੂੰ ਯਾਦ ਪੈ ਕਰਦੇ ਨੇ। ਲਾ ਇਲਾਹਾ ਇਲੱਲਾ, ਲਾ ਇਲਾਹਾ ਇਲੱਲਾ ਦੀਆਂ ਸਦਾਵਾਂ ਪੈ ਦਿੰਦੇ ਨੇ। ਇਹ ਫਰਿਸ਼ਤੇ ਦੌੜ ਕਰਕੇ ਆ ਜਾਂਦੇ ਨੇ ਉਹ ਜਿੱਥੇ ਅੱਲਾ ਦਾ ਜ਼ਿਕਰ ਕੀਤਾ ਜਾਂਦਾ ਹੈ। ਇੰਨੇ ਫਰਿਸ਼ਤੇ ਜਮਾ ਹੋ ਜਾਂਦੇ ਨੇ, ਆਸਮਾਨਾਂ ਤੱਕ ਲੈਣਾ ਬੱਜ ਜਾਂਦੀਆਂ ਨੇ। ਅੱਲਾ ਫਰਿਸ਼ਤਿਆਂ ਨੂੰ ਸਵਾਲ ਕਰਦੇ ਨੇ, ਅੱਲਾ ਫਰਿਸ਼ਤਿਆਂ ਨੂੰ ਪੁੱਛਦੇ ਨੇ ਉਹ ਮੇਰੇ ਉਹ ਬੰਦਿਓ, ਉਹ ਮੇਰੇ ਉਹ ਫਰਿਸ਼ਤਿਓ ਕਿੱਥੇ ਪੈ ਫਿਰਦੇ ਹੋ, ਕਿਹੜੀ ਮਜਲਸ ਨੂੰ ਅਟੈਂਡ ਕੀਤੀ ਫਿਰਦੇ ਹੋ। ਫਰਿਸ਼ਤੇ ਅੱਗੋਂ ਜਵਾਬ ਦਿੰਦੇ ਨੇ ਸੋਹਣਿਆ ਰੱਬਾ ਉਹ ਫਲਾਂ ਜਗ੍ਹਾ ਦੇ ਉੱਤੇ ਤੇਰਾ ਜ਼ਿਕਰ ਕੀਤਾ ਜਾ ਰਿਹਾ ਏ। ਮੇਰਾ ਅੱਲਾ ਮੁਹੀਤੁਨ ਖਬੀਰ ਏ, ਮੇਰਾ ਅੱਲਾ ਸਮੀਓ ਬਸੀਰ ਏ, ਮੇਰਾ ਅੱਲਾ ਇਨੱਲਾ ਖਾਲਾ ਕੁੱਲੀ ਸ਼ੈਇਨ ਕਦੀਰੇ। ਅੱਲਾ ਜਾਣਦਾ ਵੀ ਏ, ਅੱਲਾ ਵੇਂਦਾ ਵੀ ਏ, ਪਰ ਫਰਿਸ਼ਤਿਆਂ ਨੂੰ ਗਵਾਹ ਬਣਾ ਦਿੰਦਾ ਏ। ਉਹ ਫਰਿਸ਼ਤਿਓ ਗਵਾਹ ਬਣ ਜਾਓ, ਉਹ ਫਲਾਨਾ ਫਲਾਨਾ ਬੰਦਾ ਮੇਰਾ ਜ਼ਿਕਰ ਪਿਆ ਕਰਦਾ ਏ। ਫਰਿਸ਼ਤੇ ਅੱਲਾ ਨੂੰ ਦੱਸਦੇ ਨੇ ਅੱਲਾ ਸੋਹਣਿਆ ਉਹ ਤੇਰੇ ਬੰਦੇ ਤੇਰਾ ਜ਼ਿਕਰ ਕਰ ਸਾਨੂੰ ਮਜਲਸ ਲੱਭ ਗਈ ਹੈ, ਅੱਲਾ ਦੀ ਰਹਿਮਤ ਆਉਣ ਲੱਗ ਪੈਂਦੀ। ਫਿਰ ਅੱਲਾ ਦੀ ਸਾਥ ਉਹਨਾਂ ਨੂੰ ਸਵਾਲ ਕਰਦੀ ਹੈ ਫਰਿਸ਼ਤੇ ਉਹਨਾਂ ਨੇ ਮੈਨੂੰ ਵੇਖਿਆ। ਅੱਲਾ ਫਰਿਸ਼ਤਿਆਂ ਨੂੰ ਸਵਾਲ ਕਰਦੇ ਨੇ ਫਰਿਸ਼ਤੇ ਕਿਆਮਤ ਦੇ ਰੋਜ਼ ਸਾਨੂੰ ਸਭਨਾਂ ਨੂੰ ਆਪਣਾ ਦੀਦਾਰ ਨਸੀਬ ਸੀ, ਤੁਹਾਨੂੰ ਵੇਖਿਆ ਨਹੀਂ। ਤੇ ਅੱਲਾ ਰੱਬੁਲ ਆਲਮੀਨ ਫਰਮਾਉਂਦੇ ਨੇ ਫਰਿਸ਼ਤਿਓ ਅਗਰ ਇਹ ਮੈਨੂੰ ਵੇਖ ਲੈਣ ਤੇ ਇਹਨਾਂ ਦਾ ਆਲਮ ਕੀ ਹੋਏ। ਅੱਗੋ ਫਰਿਸ਼ਤੇ ਜਵਾਬ ਦਿੰਦੇ ਨੇ ਸੋਹਣਿਆ ਰੱਬਾ ਅਗਰ ਇਹ ਤੈਨੂੰ ਵੇਖ ਲੈਣ ਇਹਨਾਂ ਨੂੰ ਇਹਨਾਂ ਦੀ ਅੱਖ ਨਾ ਲੱਗੇ, ਇਹ ਸਾਹ ਲੈਂਦਿਆਂ ਵੀ ਉੱਠਦਿਆਂ ਬੈਠਦਿਆਂ ਸਿਰਫ ਤੇਰਾ ਜ਼ਿਕਰ ਲਾ ਇਲਾਹਾ ਇਲੱਲਾ ਕਰਦੇ ਰਹਿਣ। ਦੁਆ ਕਰੋ ਅੱਲਾ ਸਾਨੂੰ ਇਹ ਵਿਰਦ ਪਕਾਉਣ ਦੀ ਤੌਫੀਕ ਆਓ ਮੁਸਲਮਾਨੋ ਜ਼ਰਾ ਗੌਰ ਕਰਦੇ ਜਾਣਾ। ਅੱਲਾ ਫਰਮਾਉਂਦੇ ਨੇ ਕਿਹਾ ਇਹਨਾਂ ਨੇ ਮੈਨੂੰ ਵੇਖਿਆ, ਫਰਿਸ਼ਤੇ ਕੋ ਜਵਾਬ ਦਿੰਦੇ ਨੇ ਅੱਲਾ ਨਹੀਂ ਵੇਖਿਆ। ਫਰਿਸ਼ਤੇ ਜਨਾਬੇ ਵਾਲਾ ਜਦੋਂ ਜਵਾਬ ਦਿੰਦੇ ਨੇ ਅੱਲਾ ਫਰਮਾਉਂਦੇ ਨੇ ਇਹ ਜਿਹੜੇ ਬੰਦੇ ਮੇਰਾ ਜ਼ਿਕਰ ਪੈ ਕਰਦੇ ਨੇ ਇਹ ਜਿਹੜੇ ਲਾ ਲਾ ਇਲਾਹਾ ਇਲੱਲਾ
ਜਿਹੜੇ ਲਾ ਇਲਾਹਾ ਇਲੱਲਾ ਦੀਆਂ ਸਦਾਵਾਂ ਪੈ ਦਿੰਦੇ ਨੇ, ਇਹਨਾਂ ਨੇ ਮੈਨੂੰ ਵੇਖਿਆ ਨਹੀਂ, ਮੰਗਦੇ ਕੀ ਨੇ? ਅੱਲਾ ਅੱਲਾ ਰੱਬੁਲ ਆਲਮੀਨ ਦੇ ਫਰਿਸ਼ਤੇ ਅਰਜ਼ ਕਰਦੇ ਨੇ, ਐ ਨੀਲੀ ਛੱਤ ਦੇ ਆ ਮਾਲਿਕਾ, ਤੇਰੇ ਕੋਲੋਂ ਜੰਨਤ ਦੇ ਤਲਬਗਾਰ ਨੇ, ਤੇਰੇ ਕੋਲੋਂ ਜੰਨਤ ਦਾ ਸਵਾਲ ਕਰਨ ਵਾਲੇ ਨੇ। ਅੱਲਾ ਸੋਹਣਿਆ, ਜਿੰਨੇ ਇੱਥੇ ਆਏ ਬੈਠੇ ਆ, ਅੱਲਾ ਅਸੀਂ ਤੇਰੀ ਜੰਨਤ ਦੇ ਤਲਬਗਾਰ ਆ। ਅੱਲਾ ਜੁਮੇ ਦਾ ਦਿਨ ਨੇ, ਕਦਰ ਦੀਆਂ ਗੜੀਆਂ ਨੇ, ਅੱਲਾ ਮੇਰੀਆਂ ਭੈਣਾਂ ਮਾਵਾਂ ਵੀ ਆਈਆਂ ਨੇ, ਅੱਲਾ ਨੌਜਵਾਨ ਬਜ਼ੁਰਗ ਵੀ ਆਏ ਨੇ, ਅੱਲਾ ਅਸੀਂ ਵੀ ਜੰਨਤ ਦਾ ਸਵਾਲ ਕਰਦੇ ਆ। ਅੱਲਾ ਅਸੀਂ ਬੜੇ ਗੁਨੇਗਾਰ, ਬੜਾ ਬੜੇ ਖਤਾਕਾਰ ਤੇ ਸਿਆਕਾਰ ਆ, ਅੱਲਾ ਆਪਣੀਆਂ ਜਵਾਨੀਆਂ ਬਰਬਾਦ ਕਰ ਲਈਆਂ ਨੇ, ਅੱਲਾ ਬੁਢਾਪੇ ਦੇ ਅੰਦਰ ਚੱਲੇ ਗਏ ਆ, ਬੜੇ ਗੁਨਾਹ ਕਰ ਲੈ ਨੇ। ਅੱਲਾ ਜਿੰਨੇ ਵੀ ਬੈਠੇ ਆ ਸਾਨੂੰ ਸਭਨਾਂ ਨੂੰ, ਅੱਲਾ ਅਗਰ ਅਸੀਂ ਗੁਨਾਹ ਕੀਤੇ ਨੇ ਸਾਰੀਆਂ ਖਤਾਵਾਂ ਮਾਫ਼ ਫਰਮਾ ਕੇ ਜੰਨਤੀ ਬਣਾ ਛੱਡੀ। ਅੱਲਾ ਸੋਹਣਿਆ ਸਾਡੀਆਂ ਜ਼ੁਬਾਨਾਂ ਵੀ, ਅੱਲਾ ਸਾਡੀਆਂ ਜ਼ੁਬਾਨਾਂ ਵੀ ਨਪਾਕ ਨੇ, ਅੱਲਾ ਸਾਡੇ ਦਿਲਾਂ ਦੇ ਅੰਦਰ ਵੀ ਨਪਾਕੀ ਏ, ਸਾਡੇ ਆ ਖਿਆਲਾਂ ਦੇ ਅੰਦਰ ਵੀ ਨਪਾਕੀ ਏ। ਅੱਲਾ ਹੱਥਾਂ ਨਾਲ ਵੀ ਗੁਨਾਹ ਕੀਤੇ ਨੇ, ਅੱਲਾ ਤੇਰੇ ਜ਼ਿਕਰ ਦੇ ਅੰਦਰ ਵੀ ਦਿਲ ਨਹੀਂ ਉਹ ਲਾਇਆ। ਅੱਲਾ ਸਾਡਿਆ ਐਬਾਂ ਵੱਲ ਨਾ ਵੇਖੀ, ਅੱਲਾ ਤੇਰੀ ਰਹਿਮਤ ਬੜੀ ਵਸੀ ਏ। ਅੱਲਾ ਜਿੰਨੇ ਵੀ ਆਏ ਬੈਠੇ ਨੇ ਸਭ ਤੇ ਰਹਿਮਤ ਫਰਮਾ ਦੇ। ਅੱਲਾ ਜਦੋਂ ਸਵਾਲ ਕਰਦੇ ਨੇ ਫਰਿਸ਼ਤੇ ਜਵਾਬ ਦਿੰਦੇ ਨੇ, ਸੋਹਣਿਆ ਰੱਬਾ ਇਹ ਜੰਨਤ ਦੇ ਤਲਬਗਾਰ ਨੇ। ਅੱਲਾ ਰੱਬੁਲ ਆਲਮੀਨ ਨੇ ਫਰਮਾਇਆ, ਐ ਮੇਰੇ ਉਹ ਫਰਿਸ਼ਤਿਓ, ਇਹਨਾਂ ਨੇ ਜੰਨਤ ਵੇਖੀ ਏ, ਫਰਿਸ਼ਤੇ ਜਵਾਬ ਦਿੰਦੇ ਨੇ। ਅੱਲਾ ਇਹਨਾਂ ਨੇ ਜੰਨਤ ਨਹੀਂਓ ਵੇਖੀ, ਇਹਨਾਂ ਨੇ ਜੰਨਤ ਦੇ ਨਜ਼ਾਰੇ ਨਹੀਂ ਵੇਖੇ, ਅੱਲਾ ਇਹਨਾਂ ਨੇ ਜੰਨਤ ਦੀਆਂ ਖੂਰਾ ਨਹੀਂ ਵੇਖੀਆਂ, ਅੱਲਾ ਇਹਨਾਂ ਨੇ ਜੰਨਤ ਦੇ ਫਲ ਵੀ ਨਹੀਂ ਵੇਖੇ। ਅੱਲਾ ਸੋਹਣਿਆ ਇਹਨਾਂ ਨੇ ਜੰਨਤ ਨੂੰ ਕੁਝ ਨਹੀਂਓ ਵੇਖਿਆ। ਅੱਲਾ ਫਰਮਾਉਂਦੇ ਨੇ ਅਗਰ ਵੇਖ ਲੈਣ ਫੇਰ ਕੀ ਬਣੇਗਾ? ਫਰਿਸ਼ਤੇ ਜਵਾਬ, ਅੱਲਾ ਹੋਰ ਜ਼ਿਆਦਾ ਜੰਨਤ ਦੀਆਂ ਤੜਪਾਂ 'ਚ ਜ਼ਿਕਰ ਕਰਦੇ ਰਹਿਣ। ਫਿਰ ਅੱਲਾ ਸਵਾਲ ਕਰਦੇ ਨੇ, ਇਹ ਫਰਿਸ਼ਤਿਓ ਕਿਸ ਗੱਲ ਤੋਂ ਪਣਾ ਪੈ ਮੰਗਦੇ ਨੇ? ਫਰਿਸ਼ਤੇ ਜਵਾਬ ਦਿੰਦੇ ਨੇ, ਅੱਲਾ ਜੀ ਇਹ ਜਹੰਨਮ ਤੋਂ ਪਣਾ ਪੈ ਮੰਗਦੇ ਨੇ, ਅੱਲਾ ਅੱਗ ਦੀਆਂ ਕੋਹਲਿਆਂ ਤੋਂ ਪਣਾ ਪੈ ਮੰਗਦੇ ਨੇ, ਅੱਲਾ ਸੋਹਣੇ ਅੱਗ ਤੋਂ ਪਣਾ ਮੰਗਦੇ ਨੇ। ਅੱਲਾ ਰੱਬੁਲ ਆਲਮੀਨ ਫਰਮਾਉਂਦੇ ਨੇ, ਐ ਮੇਰੇ ਉਹ ਫਰਿਸ਼ਤਿਓ, ਗਵਾਹ ਬਣ ਜਾਓ ਮੈਂ ਰੱਬੇ ਜ਼ੁਲ ਜਲਾਲਾ, ਮੈਂ ਇਸ ਗੱਲ ਤੋਂ ਕਾਦਰ ਆ, ਮੈਂ ਇਸ ਗੱਲ ਤੇ ਕੁਦਰਤ ਰੱਖਦਾ ਵਾ, ਜੰਨਤ ਨੂੰ ਜਹੰਨਮ ਨੂੰ ਬਣਾਉਣ ਵਾਲਾ ਮੈਂ ਆ, ਫੈਸਲੇ ਕਰਨ ਵਾਲਾ ਵੀ ਮੈਂ ਆ। ਇਹ ਮੇਰਾ ਜ਼ਿਕਰ ਪੈ ਕਰਦੇ ਨੇ, ਮੈਂ ਇਹਨਾਂ ਨੂੰ ਜੰਨਤ ਵੀ ਦੇ ਛੱਡੀਏ, ਦੋਜ਼ਖ ਚੋਂ ਬਾਹਰ ਕੱਢ ਛੱਡਿਆ। ਅੱਲਾ ਸੋਹਣਿਆ ਅਸੀਂ ਵੀ ਤੇਰੇ ਕੋਲੋਂ ਸਵਾਲ ਕਰਦੇ ਆ, ਅੱਲਾ ਜਿੰਨੇ ਆਏ ਆ, ਅੱਲਾ ਆਉਣਾ ਕਬੂਲ ਫਰਮਾ ਕੇ ਜਹੰਨਮ ਤੋਂ ਖਲਾਸੀ ਅਤਾ ਫਰਮਾ ਦੇ। ਆਓ ਜ਼ਰਾ ਆਖਰੀ ਬਾਤ ਹਦੀਸ ਦਾ ਮਜਮੂਆ, ਆ ਮੇਰੇ ਆ ਵੀਰਾ, ਜਿੱਥੇ ਅੱਲਾ ਦਾ ਜ਼ਿਕਰ ਕੀਤਾ ਜਾਏ ਉਸ ਮਜਲਿਸ ਦੇ ਅੰਦਰ ਟੁਰ ਜਾਇਆ ਕਰ। ਅੱਜ ਜਨਾਬ ਮਸਜਿਦ ਦੇ ਅੰਦਰ ਦਰਸ ਹੁੰਦਾ ਹੋਵੇ, ਬੰਦਾ ਗਲੀ ਚੋਂ ਲੰਘਦਾ ਹੈ, ਮੌਲਵੀ ਸਾਹਿਬ ਕਹਿ ਦੇਣ, ਉਹ ਵੀਰਾ ਜ਼ਰਾ ਗੱਲ ਸੁਣ, ਅੰਦਰ ਕੁਰਾਨ ਹਦੀਸ ਦੀ ਗੱਲ ਪਈ ਹੁੰਦੀ ਹੈ, ਕੁਰਾਨ ਦੀ ਗੱਲ ਸੁਣ ਲੈ। ਅੱਗੋ ਜਵਾਬ ਦੇਣ ਵਾਲਾ ਬਦਬਖਤ ਬੰਦਾ ਜਵਾਬ ਦਿੰਦਾ, ਅਸੀਂ ਵਿਹਲੇ ਆ, 24 ਘੰਟੇ ਮਸੀਤੇ ਹੀ ਬੜੇ ਰਹੀਏ, ਨਾ ਮੇਰੇ ਆ ਵੀਰਾ ਭੋਲਿਆ ਵੀਰਾ ਇਹ ਗੱਲਾਂ ਨਾ ਕਰਿਆ ਕਰ, ਇਹ ਜ਼ਿਕਰ ਕਰਨ ਵਾਲੇ ਵੀ ਬੜੇ ਆਲਾ ਨੇ, ਜਿੱਥੇ ਜ਼ਿਕਰ ਕੀਤਾ ਜਾਂਦਾ ਉਹ ਜਗ੍ਹਾ ਵੀ ਬੜੀ ਆਲਾ। ਅੱਲਾ ਦੇ ਫਰਿਸ਼ਤੇ ਜਨਾਬੇ ਵਾਲਾ ਸਵਾਲ ਕਰਦੇ ਨੇ, ਅੱਲਾ ਸੋਹਣਿਆ ਇਹ ਤੇ ਜ਼ਿਕਰ ਪੈ ਕਰਦੇ ਸੀ, ਇੱਕ ਬੰਦਾ ਚੱਲਦਿਆਂ ਫਿਰਦਿਆਂ ਟੁਰਦਿਆਂ ਫਿਰਦਿਆਂ, ਅੱਜ
ਅਚਾਨਕ ਇਹਨਾਂ ਦੇ ਕੋਲ ਆ ਕੇ ਬਹਿ ਗਿਆ। ਉਹ ਤੇ ਹੋਰ ਕਿਸੇ ਕੰਮ ਆਇਆ ਸੀ, ਅੱਲਾ ਉਹ ਵੀ ਨਾਲ ਆ ਕੇ ਬਹਿ ਗਿਆ। ਅੱਲਾ ਫਰਮਾਉਂਦੇ ਨੇ ਉਹ ਮੇਰੇ ਉਹ ਫਰਿਸ਼ਤਿਓ, ਫਰਮਾਇਆ ਫਜ਼ਕੁਰੂਨੀ ਅਜ਼ਕੁਰਕੁਮ ਵਸ਼ਕੁਰੂਲੀ ਵਲਾ ਤਕਫੁਰੂ। ਜਿਹੜਾ ਬੰਦਾ ਅੱਲਾ ਦਾ ਜ਼ਿਕਰ ਕਰਨ ਵਾਲਾ ਹੈ ਉਹ ਮੁਸਲਮਾਨਾਂ ਜ਼ਿਕਰ ਕਿੱਡੀਆਂ ਅਦਮਤਾਂ ਵਾਲਾ, ਇਹ ਜ਼ਿਕਰ ਕਿੱਡੀਆਂ ਸ਼ਾਨਾਂ ਵਾਲਾ। ਫਰਿਸ਼ਤੇ ਕਹਿਣ ਲੱਗੇ ਅੱਲਾ ਸੋਹਣਿਆ, ਇੱਕ ਬੰਦਾ ਐਵੇਂ ਆ ਕੇ ਬਹਿ ਗਿਆ ਹੈ, ਉਹਨੂੰ ਕੋਈ ਹੋਰ ਕੰਮ ਸੀ ਨਾ। ਅੱਲਾ ਫਰਮਾਉਂਦੇ ਨੇ ਜ਼ਿਕਰ ਦੀ ਮਜਲਸ ਦੇ ਅੰਦਰ ਬਹਿ ਗਿਆ ਹੈ, ਮੈਂ ਉਹਨਾਂ ਨੂੰ ਵੀ ਮਾਫ਼ ਕੀਤਾ ਹੈ, ਇਹਨੂੰ ਵੀ ਮਾਫ਼ ਫਰਮਾ ਛੱਡਿਆ ਹੈ। ਰੱਬ ਕਾਦਰ ਜਿੰਨਾ ਅਜਰ ਮੈਂ ਉਹਨਾਂ ਨੂੰ ਦਿੱਤਾ ਇਹਨੂੰ ਵੀ ਨਾਲ ਹੀ ਫਰਮਾ ਛੱਡਿਆ। ਅੱਜ ਦਾ ਮੁਸਲਮਾਨ, ਅੱਜ ਦਾ ਈਮਾਨ ਵਾਲਾ, ਹੈਂ, ਅਸੀਂ ਜਦੋਂ ਗਾਣੇ ਦੀ ਮਜਲਿਸ ਹੋਵੇ, ਕੰਜਰਖਾਨਾ ਹੋਵੇ, ਅਸੀਂ ਭੱਜ ਕੇ ਜਾ ਕੇ ਬਹਿ ਜਾਂਦੇ ਹਾਂ, ਤੇ ਜਦੋਂ ਜਨਾਬੇ ਵਾਲਾ ਕੁਰਾਨ ਦੀ ਗੱਲ ਹੋਵੇ, ਜ਼ਿਕਰ ਦੀ ਮਜਲਿਸ ਲੱਗੀ ਹੋਵੇ, ਜ਼ਿਕਰ ਦੀ ਕਾਨਫਰੰਸ ਲੱਗੀ ਹੋਵੇ, ਅਸੀਂ ਕਹੀਦਾ ਯਾਰ ਕੋਈ ਨੀ ਮੈਨੂੰ ਕੰਮ ਹੈ। ਮੈਂ ਇਹਦਾ ਮਤਲਬ ਇਹ ਕਿ ਤੈਨੂੰ ਆਪਣਾ ਕੰਮ ਜ਼ਰੂਰੀ ਹੈ ਤੇ ਰੱਬ ਦੇ ਨਾਮ ਨੂੰ ਤੂੰ ਅਹਿਮੀਅਤ ਹੀ ਨਹੀਂ, ਰੱਬ ਦੇ ਜ਼ਿਕਰ ਦੀ ਕਦਰ ਹੀ ਕੋਈ ਨਹੀਂ। ਆਓ ਅੱਜ ਮੇਰੇ ਵੀਰੋ ਇਸ ਗੱਲ ਤੇ ਅਹਿਦ ਕਰੋ ਕਿ ਅੱਲਾ ਸੋਹਣਿਆ ਸਾਨੂੰ ਆਪਣਾ ਜ਼ਿਕਰ ਕਰਨ ਦੀ ਤੌਫੀਕ ਅਤਾ ਫਰਮਾ। ਔਰ ਇਹਦੀ ਸਭ ਤੋਂ ਵੱਡੀ ਵਜ੍ਹਾ ਕੀ ਹੈ, ਇਹ ਕੰਮ ਕਿਉਂ ਹੋ ਰਿਹਾ, ਇਹਦੀ ਵਜ੍ਹਾ ਕੀ ਹੈ? ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ, ਅਸੀਂ ਕੁਰਾਨ ਦੀ ਤਾਲੀਮ ਦੀ ਕਦਰ ਨਹੀਂ ਕੀਤੀ। ਅੰਗਰੇਜ਼ੀ ਪੜ੍ਹ ਲਓ, ਸਾਇੰਸ ਪੜ੍ਹ ਲਓ, ਰਿਆਜ਼ੀ ਪੜ੍ਹ ਲਓ, ਉਹ ਸਾਰਾ ਕੁਝ ਪੜ੍ਹ ਲਓ, ਕੁਰਾਨ ਤੋਂ ਬਗੈਰ ਛੁਟਕਾਰਾ ਹੋਣਾ, ਕੁਰਾਨ ਤੋਂ ਬਗੈਰ ਨਹੀਂ ਛੁਟਕਾਰਾ। ਮਾਲ ਜਾਲ ਕਰ ਲਓ, ਕੋਠੀਆਂ ਕਾਰਾਂ ਬੰਗਲੇ ਬਣਾ ਲਓ, ਜਿੰਨੀ ਦੇਰ ਕੁਰਾਨ ਦਾ ਬੰਗਲਾ ਨਹੀਂ ਬਣਾਏਗਾ ਉਨੀ ਦੇਰ ਕਾਮਯਾਬੀ ਮਿਲਣੀ। ਅੱਜ ਅੱਲਾ ਨਾਲ ਵਾਅਦਾ ਕਰੋ, ਅੱਜ ਇਸ ਜੁਮੇ ਦੇ ਅੰਦਰ ਅੱਲਾ ਨਾਲ ਵਾਅਦਾ ਕਰੋ, ਅਸੀਂ ਖਤਮ ਨਹੀਂ ਕਰਨਾ, ਨਾ ਅਸੀਂ ਕਰਵਾਉਣਾ, ਅਸੀਂ ਰੋਜ਼ ਦਾ ਕੁਰਾਨ ਖਤਮ, ਤਵੱਜੋ ਮੇਰੇ ਵੱਲ, ਰੋਜ਼ ਦਾ ਕੁਰਾਨ ਖਤਮ ਨਹੀਂ ਕਰਨਾ, ਰੋਜ਼ ਦੇ 15 ਸਿਪਾਰੇ ਨਹੀਂ ਪੜ੍ਹਨੇ, ਅਸੀਂ ਪੂਰਾ ਸੁਪਾਰਾ ਨਹੀਂ ਪੜ੍ਹਨਾ। ਅਗਰ ਕਾਮਯਾਬੀ ਤੇ ਫਲਾਹ ਚਾਹੁੰਦੇ ਹੋ, ਅੱਜ ਮੇਰੇ ਨਾਲ ਅੱਲਾ ਨਾਲ ਵਾਅਦਾ ਕਰੋ, ਅੱਲਾ ਸੋਹਣਿਆ ਜਿੰਨੀ ਜ਼ਿੰਦਗੀ ਬਾਕੀ ਹੈ ਇੱਕ ਕੁਰਾਨ ਦੀ ਆਇਤ ਰੋਜ਼ਾਨਾ ਤਰਜਮੇ ਨਾਲ ਪੜ੍ਹਨੇ ਦੀ ਤੌਫੀਕ ਅਤਾ ਫਰਮਾ। ਵਾਅਦਾ ਕਰਦੇ ਹੋ? ਅੱਜ ਅੱਲਾ ਦੇ ਨਾਲ ਵਾਅਦਾ ਕਰੋ, ਇਨਸ਼ਾਅੱਲਾ ਆਉਂਦੇ ਜੁਮੇ ਤੱਕ ਬੋਲੋ ਤਾਂ ਸਹੀ, ਕਿ ਤੁਹਾਡੀ ਵੀ ਰਿਆਜ਼ੀ ਨਵਾਜ਼ ਸ਼ਰੀਫ ਵਾਲੀ ਹੈ, ਕਿੰਨੀਆਂ ਤਾਂ 8 ਐਤਾਂ ਬਣਨੀਆਂ ਨੇ। ਅਸੀਂ ਅਗਰ ਚਾਹੀਏ, ਅਗਰ ਅਸੀਂ ਚਾਹੀਏ, ਅਲਹਮਦੁਲਿਲਾਹ ਰੱਬਿਲ, ਸਾਰੇ ਪੜੋ ਅਲਹਮਦੁਲਿਲਾਹ ਰੱਬਿਲ ਆਲਮੀਨ, ਇੱਕ ਐਤ ਅਲਹਮਦੁਲਿਲਾਹ ਰੱਬਿਲ ਆਲਮੀਨ ਅਰਰਹਮਾਨ ਅਰਰਹੀਮ, ਦੂਜੀ ਐਤ ਛੇੜਨਾ, ਇੱਕੋ ਐਤ ਰੋਜ਼ਾਨਾ ਪੜਨ ਦਾ। ਅਗਰ ਮੇਰੇ ਤੋਂ ਬਾਅਦ ਇਜਾਜ਼ਤ ਹੁੰਦੀ ਔਲਾਦ ਨੂੰ ਕਹਿੰਦਾ ਕਿ ਸਜਦਾ ਕਰ, ਔਰ ਜਿੱਥੇ ਕੁਰਾਨ ਚ ਜੀ ਵਾਲਿਦੈਨ ਦਾ ਜ਼ਿਕਰ ਪੜੋਗੇ, ਪਹਿਲੇ ਰੱਬ ਦੇ ਸਜਦੇ ਦਾ ਜ਼ਿਕਰ ਪੜੋਗੇ, ਫਿਰ ਵਾਲਿਦੈਨ ਦਾ ਜ਼ਿਕਰ ਆਇਆ, ਇੰਨੀ ਵਾਲਿਦੈਨ ਦੀ ਸ਼ਾਨ ਤੇ ਅਜ਼ਮਤ ਹੈ। ਅੱਲਾ ਪਾਕ ਦੀ ਬਾਰਗਾ ਚ ਦੁਆ ਗੋ ਹਾਂ ਕਿ ਜਿਹੜਾ ਤੁਸੀਂ ਤੇ ਮੈਂ ਵਾਅਦਾ ਕੀਤਾ, ਅੱਲਾ ਸਾਨੂੰ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ। ਜਿਹੜਾ ਭਾਈ ਅਨਪੜ੍ਹ, ਜਿਹੜਾ ਕਹਿੰਦਾ ਮੈਂ ਤੇ ਜੀ ਕੁਰਾਨ ਪੜ੍ਹਿਆ ਨਹੀਂ,
ਮੈਂ ਤੇ ਤਰਜਮਾ ਪੜ ਨਹੀਂ ਸਕਦਾ ਮਸੀਤੇ ਕਾਰੀ ਸਾਰੀ ਮਾਸ਼ਾਅੱਲਾ ਖਲੀਫਾ ਸਾਹਿਬ ਮੌਜੂਦ ਨੇ ਜਿਹੜਾ ਸਾਥੀ ਪੜਿਆ ਨਾ ਅਸੀਂ ਕਿਸੇ ਦੇ ਕੋਲੋਂ ਸਾਨੂੰ ਕੋਈ ਮੈਸੇਜ ਆਵੇ ਨਾ ਯਾਰ ਪੜੀ ਆ ਮੈਨੂੰ ਪੜਨਾ ਨਹੀਂ ਆਉਂਦਾ ਮੈਸੇਜ ਜੇ ਕੋਲੋਂ ਰਾਜਾ ਸਾਹਿਬ ਪੜਾ ਲੈਣਾ ਉਹ ਤੇ ਜੇ ਕੁਰਾਨ ਲੈ ਜਾਇਆ ਕੁਰਾਨ ਦੀ ਅਕਾਇਦ ਪੜੀ ਤੇ ਪੜ ਕੇ ਸੁਣਾ ਦੀ ਤੇਰਾ ਬੇੜਾ ਕਰ ਕੌਣ ਲੱਗਾ ਉਹ ਤੈਨੂੰ ਤੇ ਰੱਬ ਨੇ ਆੜ ਆੜ ਕੇ ਜਦੋਂ ਤੂੰ ਪੜਨਾ ਤੈਨੂੰ ਤੇ ਰੱਬ ਨੇ ਦੋਹਰਾ ਅਜਰ ਦੇਣਾ ਅੱਲਾ ਰੱਬੁਲ ਆਲਮੀਨ ਕੋਲ ਦੁਆ ਕਰਿਆ ਕਰ ਅੱਲਾ ਕੁਰਾਨ ਦੀਆਂ ਸਮਝਾਂ ਨਸੀਬ ਫਰਮਾ ਵਮਾ ਤੌਫੀਕ ਇਲਾ ਬਿੱਲਾ।